ਦੋਸਤੋ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹਾਂ। ਅੱਜ ਦਾ ਮੁੱਦਾ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਅਹਿਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਮੰਚ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਰੇ ਭਗ ਦੇ ਮਸਲਿਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਔਰ ਉਹਨਾਂ ਭਗ ਦੇ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ। ਕਈ ਸਾਰੇ ਅਜਿਹੇ ਮੁੱਦੇ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਦੇ ਹੋ, ਆਪਣੇ ਤਰਕ ਰੱਖਦੇ ਹੋ, ਆਪਣਾ ਦਰਦ ਰੱਖਦੇ ਹੋ, ਆਪਣੇ ਸੁਝਾਅ ਸਾਨੂੰ ਦਿੰਦੇ ਹੋ। ਅਤੇ ਅੱਜ ਵੀ ਇਸ ਮੰਚ ਦੇ ਉੱਤੇ ਤੁਹਾਡੇ ਵਿਚਾਰ, ਤੁਹਾਡੇ ਪ੍ਰਤੀਕਰਮ ਅਤੇ ਤੁਹਾਡੇ ਜਿਹੜੇ ਤਰਕ ਨੇ ਉਹਨਾਂ ਨੂੰ ਅਸੀਂ ਜ਼ਰੂਰ ਸੁਣਾਂਗੇ। ਕਿਉਂਕਿ ਲਗਾਤਾਰ ਅਸੀਂ ਇਸ ਮੰਚ ਦੇ ਉੱਤੇ ਭਾਵੇਂ ਵਿਸ਼ਾ ਧਾਰਮਿਕ ਹੋਵੇ, ਭਾਵੇਂ ਵਿਸ਼ਾ ਸਮਾਜਿਕ ਹੋਵੇ, ਭਾਵੇਂ ਵਿਸ਼ਾ ਕਿਸੇ ਵੀ ਸਿਆਸਤਦਾਨ ਦੇ ਨਾਲ ਜੁੜਿਆ ਹੋਵੇ, ਤਾਂ ਕੋਸ਼ਿਸ਼ ਹੁੰਦੀ ਹੈ ਕਿ ਇਨ ਫਿਊਚਰ ਕੀ ਰੋਡ ਮੈਪ ਬਣਾਇਆ ਜਾਏ। ਔਰ ਜਦ ਡਾਇਲੋਗ ਹੁੰਦਾ ਇੰਟਰਨੈਸ਼ਨਲ ਪੱਧਰ 'ਤੇ ਔਰ ਜਦ ਸੰਵਾਦ ਹੁੰਦਾ ਤਾਂ ਸੰਵਾਦ ਦੇ ਵਿੱਚ ਹੱਲ ਵੇਖਣ ਦੀ ਅਤੇ ਮਸਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਡਾਇਗਨੋਸ ਕਿੱਥੇ ਹੈ। ਜਿਹੜੇ ਡਾਕਟਰਸ ਮੈਨੂੰ ਵੇਖ ਰਹੇ ਨੇ ਉਹ ਡਾਇਗਨੋਸ ਬਾਰੇ ਤਾਂ ਜ਼ਰੂਰ ਜਾਣਦੇ ਹੋਣਗੇ ਕਿ ਬਿਮਾਰੀ ਦਾ ਡਾਇਗਨੋਸ ਕਿੱਥੇ ਹੈ, ਕਿੱਥੋਂ ਦੀ ਬਿਮਾਰੀ ਸ਼ੁਰੂ ਹੋਈ ਹੈ ਉਹਨੂੰ ਫੜੀਏ। ਤਾਂ ਇਸ ਮੰਚ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਡਾਇਗਨੋਸ ਨੂੰ ਫੜੀਏ ਔਰ ਉਹਨੂੰ ਕਿਵੇਂ ਸੁਲਝਾਈਏ। ਕਿਉਂਕਿ ਕਈ ਅਦਾਇਰੇ ਹਨ ਜੋ ਕਿ ਮੁੱਦਿਆਂ ਨੂੰ ਗੁੰਝਲ ਕਰ ਦਿੰਦੇ ਹਨ ਔਰ ਫਿਰ ਉਹ ਮੁੱਦਾ ਨਹੀਂ, ਫਿਰ ਉਹ ਮਸਲਾ ਬਣ ਜਾਂਦਾ। ਲੇਕਿਨ ਸਾਡੀ ਕੋਸ਼ਿਸ਼ ਰਹਿੰਦੀ ਹੈ, ਜਸਟ ਬ੍ਰੌਡਕਾਸਟਿੰਗ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਇਸ ਮੰਚ ਦੇ ਉੱਤੇ ਕਿ ਉਹਨੂੰ ਗੁੰਝਲ ਨਾ ਕਰੀਏ, ਉਹਨੂੰ ਅਸੀਂ ਸਾਂਭੀਏ ਔਰ ਉਹਨੂੰ ਇੱਕ ਅਸੀਂ ਰੋਡ ਮੈਪ ਦੇਈਏ ਔਰ ਤਿਆਰ ਕਰੀਏ ਤਾਂ ਕਿ ਉਹ ਸੁਲਝ ਸਕੇ, ਗੁੰਝਲਪੁਣਾ ਖਤਮ ਹੋ ਸਕੇ ਔਰ ਉਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰਦੇ ਹੋ। ਅਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਇੰਨਾ ਸਹਿਯੋਗ ਕਰਦੇ ਹੋ ਔਰ ਆਪਣੇ ਵਿਚਾਰ ਸਾਡੇ ਨਾਲ ਰੱਖਦੇ ਹੋ। ਅੱਜ ਮੈਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਉਹ ਵਿਸ਼ਾ ਆਪਣੇ ਆਪ 'ਚ ਬਹੁਤ ਇੰਪੋਰਟੈਂਸ ਰੱਖਦਾ ਸਾਡੇ ਲਈ। ਇੰਪੋਰਟੈਂਸ ਇਸ ਕਰਕੇ ਰੱਖਦਾ ਕਿਉਂਕਿ 6 ਮਹੀਨੇ ਤੋਂ ਜਿਸ ਮੁੱਦੇ ਦੇ ਉੱਤੇ ਅਸੀਂ ਸੰਵਾਦ ਕਰਦੇ ਹੋਏ, ਵਿਚਾਰ ਕਰਦੇ ਹੋਏ ਨਜ਼ਰ ਆਏ, ਤਰਕ ਰੱਖੇ ਅਸੀਂ ਉਸ ਮੁੱਦੇ ਦੇ ਉੱਤੇ, ਤਾਂ ਵੱਖ ਵੱਖ ਪੈਰੋਕਾਰਾਂ ਨੇ, ਵੱਖ ਵੱਖ ਅਦਾਰਿਆਂ ਨੇ ਔਰ ਵੱਖ ਵੱਖ ਅਦਾਰਿਆਂ ਦੇ ਹਿਮਾਇਤੀਆਂ ਨੇ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਰੱਖੇ। ਜਿੱਥੇ ਅੱਜ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਨੂੰ ਲੈ ਕੇ ਤਣਾਅ ਬਣਿਆ ਹੋਇਆ, ਕੋਲਡ ਵੋਰ ਅਸੀਂ ਲਗਾਤਾਰ ਸੁਰਖੀਆਂ ਦੇ ਵਿੱਚ ਪੜ੍ਹ ਰਹੇ ਸੀਗੇ, ਵੇਖ ਰਹੇ ਸੀਗੇ, ਇਸ ਮੰਚ ਦੇ ਉੱਤੇ ਵੀ ਅਸੀਂ ਲੈ ਕੇ ਆਏ ਔਰ ਵੱਖ ਵੱਖ ਜਾਣਕਾਰੀਆਂ ਤੁਹਾਨੂੰ ਅਸੀਂ ਆਪਣੇ ਹੋਰ ਪ੍ਰੋਗਰਾਮ ਰਾਹੀਂ ਵੀ ਦਿੱਤੀ। ਅਤੇ ਕਿੱਥੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਇਸ ਕੋਲਡ ਵੋਰ ਦੇ ਵਿੱਚ, ਜ਼ੁਬਾਨੀ ਜੰਗ ਦੇ ਵਿੱਚ ਜੋ ਭਾਰਤ ਪਾਕਿਸਤਾਨ ਦੇ ਵਿਚਾਲੇ ਇਸ ਟਾਈਮ ਚੱਲ ਰਹੀ ਹੈ, ਉਹਦੇ ਵਿੱਚ ਇੱਕ ਮੁੱਦਾ ਬੜਾ ਗੰਭੀਰ ਸੀਗਾ ਜਿਹਨੂੰ ਅਸੀਂ ਨਹੀਂ ਭੁੱਲ ਸਕਦੇ। ਉਹ ਮੁੱਦਾ ਇੰਨਾ 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 ਗੰਭੀਰ ਸੀਗਾ ਕਿ ਉਸ ਮਸਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਿੱਥੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰ ਰਹੇ ਸੀਗੇ ਜਦ ਇੰਡੀਆ ਪਾਕਿਸਤਾਨ ਦੇ ਵਿੱਚ, ਜਿੱਥੇ ਅਸੀਂ ਇੱਕ ਪਾਸੇ
ਵਜ਼ੀਰ-ਏ-ਆਲਮ ਪਾਕਿਸਤਾਨ ਦੇ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਹਨ ਉਹਨਾਂ ਦੀ ਗੱਲ ਕਰ ਰਹੇ ਸੀਗੇ। ਇਮਰਾਨ ਖਾਨ ਸਾਹਿਬ ਦੀ ਪਰਸਨੈਲਿਟੀ ਬਾਰੇ ਗੱਲ ਹੋ ਰਹੀ ਸੀਗੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗੱਲ ਹੋ ਰਹੀ ਸੀਗੀ। ਉਹ ਮੁੱਦਾ ਬੜਾ ਭਕਿਆ ਸੀਗਾ, ਉਹ ਸੀਗਾ ਕਰਤਾਰਪੁਰ ਲਾਂਘਾ। ਹੁਣ ਜ਼ਮੀਨੀ ਪੱਧਰ 'ਤੇ ਕਰਤਾਰਪੁਰ ਲਾਂਘਾ ਕਿੱਥੇ ਖੜਿਆ ਹੋਇਆ, ਕੀ ਇਹ ਸਿਰਫ ਲਾਂਘਾ ਦੂਰਬੀਨ ਤੋਂ ਹੀ ਵੇਖਿਆ ਜਾਏਗਾ ਕਿ ਵਾਕਈ ਇਸ ਲਾਂਘੇ ਦੇ ਉੱਤੇ ਜ਼ਮੀਨੀ ਪੱਧਰ 'ਤੇ ਲੋਕ ਚੱਲਣਗੇ ਔਰ ਆਪਣੇ ਧਾਰਮਿਕ ਵਿਚਾਰਾਂ ਨੂੰ ਇੱਕ ਦੂਜੇ ਦੇ ਨਾਲ ਸਾਂਝ ਪਵਾਉਣਗੇ? ਕਿਉਂਕਿ ਕਿੰਨੇ ਸਾਲਾਂ ਤੋਂ ਅਰਦਾਸ ਹੁੰਦੀ ਹੋਈ ਆਈ ਹੈ, ਗੁਰੂ ਨਾਨਕ ਨਾਮ ਲੇਵਾ ਸੰਗਤ, ਸਿੱਖ ਕਮਿਊਨਿਟੀ, ਹਰ ਕੋਈ ਇਹ ਅਰਦਾਸ ਦੇ ਵਿੱਚ ਬੇਨਤੀ ਕਰਦਾ ਹੋਇਆ ਗੁਰੂ ਸਾਹਿਬ ਨੂੰ ਆਇਆ ਕਿ ਜਿਹੜੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਉਣਾ ਸਾਨੂੰ ਲੱਗਿਆ ਕਿ ਹੋਣਗੇ। ਇਹ ਜਿਹੜੀ ਅਰਦਾਸ ਹੈ ਇਹ ਗੁਰੂ ਸਾਹਿਬ ਨੇ ਕਬੂਲ ਕਰ ਲਈ ਹੈ, ਲੇਕਿਨ ਪਤਾ ਨਹੀਂ ਫਿਰ ਕੀ ਨਜ਼ਰ ਲੱਗੀ। ਉਹ ਨਜ਼ਰ ਇਸ ਕਦਰ ਲੱਗੀ ਕਿ ਪੁਲਵਾਮਾ ਅਟੈਕ ਹੁੰਦਾ ਹੈ, ਅਟੈਕ ਤੋਂ ਬਾਅਦ ਤਣਾਅ ਦੀ ਸਥਿਤੀ ਜਿਹੜੀ ਹੈ ਦੋਨੋਂ ਮੁਲਕਾਂ ਵਿਚਾਲੇ ਪੈਦਾ ਹੁੰਦੀ ਹੈ, ਸਾਰੀ ਗੱਲਾਂ ਤੁਹਾਨੂੰ ਪਤਾ। ਮੈਨੂੰ ਉਸ ਗੱਲ ਨੂੰ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਾਂਗਾ ਇਸ ਮੰਚ ਦੇ ਉੱਤੇ, ਪਰ ਹੁਣ ਨਨਕਾਣਾ ਸਾਹਿਬ ਜਿੱਥੇ ਇੱਕ ਪਾਸੇ ਖੁਸ਼ੀਆਂ ਹੋਈਆਂ ਸੀਗੀਆਂ, ਖੁਸ਼ੀ ਦਾ ਮਾਹੌਲ ਬਣਿਆ ਸੀਗਾ, ਹੁਣ ਉਹ ਖੁਸ਼ੀ ਦਾ ਮਾਹੌਲ ਇਸ ਤਣਾਅ ਕਾਰਨ ਦੁੱਖ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ। ਕਿਉਂਕਿ ਤਸਵੀਰ ਜਿਹੜੀ ਹੈ ਉਹ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੁਣ ਸਾਫ ਨਹੀਂ ਹੋ ਪਾ ਰਹੀ। ਇਸ ਲਾਂਘੇ ਨੂੰ ਲੈ ਕੇ ਕਈ ਸਿਆਸਤਦਾਨਾਂ ਨੂੰ ਜਿਨ੍ਹਾਂ ਨੇ ਇਸ ਲਾਂਘੇ ਦੀ ਹਿਮਾਇਤ ਕੀਤੀ, ਉਦਾਹਰਣ ਦੇ ਤੌਰ 'ਤੇ ਨਵਜੋਤ ਸਿੰਘ ਸਿੱਧੂ, ਕਿੰਨਾ ਉਹਨਾਂ ਦੇ ਉੱਤੇ ਤੰਜ ਕੱਸੇ ਗਏ। ਹੁਣੇ ਹਾਲ ਫਿਲਹਾਲ ਦੇ ਵਿੱਚ ਪੰਜਾਬ ਦੇ ਵਿੱਚ ਇਜਲਾਸ ਹੋਇਆ, ਇਜਲਾਸ ਦੇ ਵਿੱਚ ਬਿਕਰਮ ਮਜੀਠੀਆ ਉਹਨਾਂ ਨੂੰ ਘੇਰਦੇ ਹੋਏ ਨਜ਼ਰ ਵੀ ਆਏ, ਲੇਕਿਨ ਸਿੱਧੂ ਨੇ ਵੀ ਠੋਕ ਕੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਤੇਰੀ ਭੈਣ ਵੀ ਤਾਂ ਮੇਰੇ ਨਾਲ ਗਈ ਸੀ ਪਾਕਿਸਤਾਨ, ਯਾਨੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੀ ਤਾਂ ਗਈ ਸੀ, ਉਹਨੂੰ ਕਿਉਂ ਨਹੀਂ ਤੂੰ ਸਵਾਲ ਕਰਦਾ? ਮੀਡੀਆ ਦੇ ਵਿੱਚ ਇਹ ਵੀ ਰਿਪੋਰਟ ਨਜ਼ਰ ਆਈ ਕਿ ਜਿੰਨਾ ਕੁਝ ਹੋਇਆ ਇਹ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਕੋਰੀਡੋਰ ਨੂੰ ਖਤਮ ਕਰਨ ਦੇ ਲਈ ਸੀਗਾ। ਇਹ ਵੱਖ ਵੱਖ ਮੀਡੀਆ ਦੇ ਅਦਾਰੇ ਜਿਹੜੇ ਨੇ ਉਹ ਇਸ ਗੱਲ ਨੂੰ ਦੱਸਦੇ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਛਵੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਖਤਮ ਕੀਤੀ ਜਾ ਸਕੇ, ਔਰ ਕਰਤਾਰਪੁਰ ਕੋਰੀਡੋਰ ਜਿਹੜਾ ਹੈ ਪਹਿਲਾਂ ਖੋਲ੍ਹਿਆ ਜਾਂਦਾ ਹੈ ਫਿਰ ਉਹਨੂੰ ਕਿਸ ਤਰੀਕੇ ਨਾਲ ਇੱਕ ਸਸਪੈਂਸ ਦੇ ਤੌਰ 'ਤੇ ਰੱਖਿਆ ਜਾਏ, ਇਹ ਸਭ ਕ੍ਰੀਏਟ ਕੀਤਾ ਗਿਆ। ਲੇਕਿਨ ਅਸੀਂ ਉਹਨਾਂ ਅਦਾਰਿਆਂ ਨੂੰ ਇਹ ਵੀ ਕਹਿੰਦੇ ਕਿ ਤੁਸੀਂ ਅਗਰ ਲਿਖਦੇ ਹੋ ਜਾਂ ਫਿਰ ਤੁਸੀਂ ਇਹ ਬੋਲਦੇ ਹੋ ਤਾਂ ਉਹਦੀ ਔਥੈਂਟਿਸਿਟੀ ਵੀ ਤੁਸੀਂ ਲੈ ਕੇ ਆਇਆ ਕਰੋ ਔਰ ਉਹ ਦੱਸਿਆ ਕਰੋ ਸਾਡੇ ਦਰਸ਼ਕਾਂ ਨੂੰ, ਕਿਉਂਕਿ ਅਫਵਾਹਾਂ ਦਾ ਬਾਜ਼ਾਰ ਜਿਹੜਾ ਨਾ ਉਹ ਵੱਖ ਵੱਖ ਪਲੈਟਫਾਰਮਾਂ ਦੇ ਉੱਤੇ ਗਰਮ ਰਹਿੰਦਾ। ਲੇਕਿਨ ਅਸੀਂ ਉਸਦੀ ਤਸਦੀਕ ਤਾਂ ਕਰਦੇ ਹਾਂ
ਜਦ ਉਹਦੇ ਉੱਤੇ ਸਬੂਤ ਹੋਣ, ਕਿਉਂਕਿ ਅਜੇ ਤੱਕ ਕੋਈ ਵੀ ਸਬੂਤ ਅਜਿਹਾ ਜ਼ਮੀਨੀ ਪੱਧਰ 'ਤੇ ਸਾਹਮਣੇ ਨਹੀਂ ਆਇਆ। ਲੇਕਿਨ ਹਾਂ, ਸਸਪੈਂਸ ਜ਼ਰੂਰ ਹੈ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਿ ਆਖਿਰਕਾਰ ਕਰਤਾਰਪੁਰ ਕੋਰੀਡੋਰ ਦਾ ਹੋਏਗਾ ਕੀ। ਲੇਕਿਨ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਇੱਕ ਵਫਦ ਪਾਕਿਸਤਾਨ ਤੋਂ ਭਾਰਤ ਜਾਣ ਵਾਲਾ ਹੈ 14 ਮਾਰਚ ਨੂੰ, ਔਰ ਭਾਰਤ ਤੋਂ ਇੱਕ ਵਫਦ 28 ਮਾਰਚ ਨੂੰ ਪਾਕਿਸਤਾਨ ਜਾਣ ਵਾਲਾ ਹੈ। ਹੁਣ ਜਿਹੜਾ ਵਫਦ ਪਾਕਿਸਤਾਨ ਤੋਂ ਭਾਰਤ ਆਏਗਾ ਉਹ ਕੀ ਕੁਝ ਪੈਗਾਮ ਲੈ ਕੇ ਆਏਗਾ, ਇਹ ਵੀ ਇੱਕ ਵੱਡੀ ਗੱਲ, ਇੱਕ ਵੱਡਾ ਮਸਲਾ ਬਣਿਆ ਹੋਇਆ। ਹੁਣ ਜਦ ਭਾਰਤ ਇੱਥੋਂ ਜਾਏਗਾ ਪਾਕਿਸਤਾਨ 28 ਮਾਰਚ ਨੂੰ, ਉਹ ਕਿਹੜੀ ਚਿੱਠੀ ਲਿਖ ਕੇ ਲੈ ਕੇ ਜਾਏਗਾ, ਇਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ। ਚਲੋ, ਮੈਂ ਸਮਝਦਾ ਕਿ ਦੋਵੇਂ ਮੁਲਕਾਂ ਦੇ ਵਿਚਕਾਰ ਆਪਸੀ ਸਮਝੌਤੇ ਹੋਣ, ਭਾਵੇਂ ਉਹ ਕਸ਼ਮੀਰ ਦਾ ਮਸਲਾ, ਭਾਵੇਂ ਹੋਰ ਵੀ ਮਸਲੇ ਹਨ, ਲੇਕਿਨ ਜਿਹੜੀ ਤਜਵੀਜ਼ ਰੱਖੀ ਗਈ ਸੀ ਕਰਤਾਰਪੁਰ ਲਾਂਘੇ ਦੀ, ਉਹ ਰਿਪੋਰਟ ਔਰ ਉਸ ਵਿਚਾਲੇ ਵੀ ਵਿਚਾਰ ਹੋਣਾ ਚਾਹੀਦਾ ਹੈ। ਔਰ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਫਿਰ ਉਹਨਾਂ ਸਾਰੇ ਹਿਮਾਇਤੀਆਂ ਨੂੰ ਧੁੰਦਲੀ ਪਈ ਹੋਈ ਕਰਤਾਰਪੁਰ ਕੋਰੀਡੋਰ ਦੀ ਤਸਵੀਰ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਗਲਿਆਰਿਆਂ ਦੇ ਵਿੱਚ ਗੂੰਜ ਹੈ, ਭਾਵੇਂ ਉਹ ਗਲਿਆਰਾ ਪਾਕਿਸਤਾਨ ਦੇ ਵਿੱਚ ਹੋਵੇ, ਭਾਵੇਂ ਉਹ ਗਲਿਆਰਾ ਭਾਰਤ ਦੇ ਵਿੱਚ ਹੋਵੇ, ਭਾਵੇਂ ਉਹ ਗਲਿਆਰਾ ਇਸ ਧਰਤੀ ਦੇ ਉੱਤੇ ਹੋਵੇ ਅਮਰੀਕਾ ਦੇ ਵਿੱਚ ਹੋ, ਲੇਕਿਨ ਹਰ ਗਲਿਆਰੇ ਦੇ ਵਿੱਚ ਇੱਕ ਹੀ ਗੂੰਜ ਨਜ਼ਰ ਆ ਰਹੀ ਹੈ ਕਿ ਕਰਤਾਰਪੁਰ ਕੋਰੀਡੋਰ ਬਣੇਗਾ ਕਿ ਨਹੀਂ ਬਣੇਗਾ। ਇਹ ਮਸਲਾ ਬਣਿਆ ਹੋਇਆ ਗੰਭੀਰ, ਔਰ ਇਸ ਮੁੱਦੇ ਉੱਤੇ ਕਰਾਂਗੇ ਵਿਚਾਰ। ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਅਤੇ ਮੁੜ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ, ਔਰ ਵਿਚਾਰ ਅੱਜ ਅਸੀਂ ਕਰ ਰਹੇ ਹਾਂ ਕਰਤਾਰਪੁਰ ਲਾਂਘੇ ਨੂੰ ਲੈ ਕੇ। ਜੇਕਰ ਅਸੀਂ ਬੁੱਧੀਜੀਵੀਆਂ ਦੀ ਗੱਲ ਕਰੀਏ, ਧਰਮ ਪ੍ਰਚਾਰਕਾਂ ਦੀ ਗੱਲ ਕਰੀਏ, ਕਥਾਵਾਚਕਾਂ ਦੀ ਗੱਲ ਕਰੀਏ, ਤਾਂ ਉਹਨਾਂ ਸਾਰੇ ਪੈਰੋਕਾਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਮਨ ਮੰਦਰਾਂ ਦੇ ਵਿੱਚ ਸੀਗਾ ਕਿ ਕਰਤਾਰਪੁਰ ਲਾਂਘਾ ਜਿਹੜਾ ਉਹ ਛੇਤੀ ਖੁਰਨ ਵਾਲਾ ਹੈ, ਔਰ ਅਸੀਂ ਜਾ ਕੇ ਨਨਕਾਣਾ ਸਾਹਿਬ ਮੱਥਾ ਟੇਕਾਂਗੇ, ਔਰ ਇਸ ਕਰਤਾਰਪੁਰ ਲਾਂਘੇ ਤੋਂ ਇੱਕ ਪੈਗਾਮ, ਉਹ ਫਲਸਫਾ ਗੁਰੂ ਨਾਨਕ ਦੇਵ ਜੀ ਦਾ ਲੈ ਕੇ ਜਾਵਾਂਗੇ, ਔਰ ਆਪਣੇ ਦਿਲਾਂ ਦੇ ਵਿੱਚ ਉਸ ਫਲਸਫੇ ਨੂੰ, ਉਸ ਮਿੱਟੀ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ 14 ਸਾਲ ਦਿੱਤੇ, ਉਹ ਪੈਗਾਮ ਅਸੀਂ ਵਿਸ਼ਵ ਪੱਧਰ 'ਤੇ ਪਹੁੰਚਾਵਾਂਗੇ। ਉਹਨਾਂ ਵਿੱਚੋਂ ਹੀ ਇੱਕ ਜੋ ਇੱਕ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਜਿਨ੍ਹਾਂ ਨੇ ਰੱਖੀ, ਉਹ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ। ਭੁਪਿੰਦਰ ਸਿੰਘ ਜੀ ਮਸਕੀਨ ਇੰਸਪਾਇਰਡ ਹਨ ਮਸਕੀਨ ਜੀ ਤੋਂ, ਜਿਨ੍ਹਾਂ ਨੂੰ ਅਸੀਂ ਵੱਖ ਵੱਖ ਅਦਾਰਿਆਂ ਦੇ ਉੱਤੇ ਸੁਣਿਆ, ਔਰ ਉਹਨਾਂ ਦੀ ਕਥਾ ਸੁਣ ਕੇ ਹਮੇਸ਼ਾ ਹਰ ਕੋਈ ਇੰਸਪਾਇਰਡ ਵੀ ਹੋਇਆ, ਔਰ ਜੋ ਪ੍ਰਚਾਰ ਉਹਨਾਂ ਦੀ ਤਰਫੋਂ ਕੀਤਾ ਜਾਂਦਾ ਸੀਗਾ ਉਹਨੂੰ ਸਰਾਹਿਆ ਜਾਂਦਾ ਸੀਗਾ, ਉਹਦੀ ਸ਼ਲਾਘਾ ਜਿੰਨੀ ਕੀਤੀ ਜਾ ਸਕੇ ਉਨੀ ਘੱਟ ਹੈ। ਅਤੇ ਉਹਨਾਂ ਤੋਂ ਹੀ ਇੰਸਪਾਇਰਡ ਹੋਏ ਹੋਏ ਭੁਪਿੰਦਰ ਸਿੰਘ ਜੀ ਮਸਕੀਨ ਰਿਲੀਜੀਅਸ ਐਕਸਪਰਟ ਨੇ ਸਾਡੇ ਨਾਲ ਲਾਈਨ 'ਤੇ। ਮੈਂ ਭੁਪਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡਾ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ, ਫਿਰ ਮੇਰਾ ਸਵਾਲ ਇਹ ਬਣਦਾ ਕਿ ਨਨਕਾਣਾ ਸਾਹਿਬ ਸਾਡੇ ਲਈ ਕਿੰਨੀ ਇੰਪੋਰਟੈਂਸ ਰੱਖਦਾ ਹੈ? ਹਾਂਜੀ ਵੀਰ ਜੀ, ਹਰਕੀਰਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਮੂਹ ਜਸ ਟੀਵੀ ਦੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਗੁਰੂ ਫਤਿਹ ਪ੍ਰਵਾਨ ਹੋਵੇ।
ਤੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੇਰੀ ਕਿਉਂਕਿ ਜਨਮ ਜਿਹੜਾ ਹੈ ਉਹ ਅੰਮ੍ਰਿਤਸਰ ਦਾ ਹੈ ਜੀ, ਤੇ ਜਦੋਂ ਤੋਂ ਵੀ ਮੈਂ ਤਕਰੀਬਨ ਹੋਸ਼ ਸੰਭਾਲੀ ਹੈ ਜੀ ਸਕੂਲ ਕਾਲਜ ਦੀ ਪੜ੍ਹਾਈ ਦੇ, ਤੇ ਮੈਨੂੰ ਇੰਨਾ ਯਾਦ ਹੈ ਅੱਜ ਵੀ ਕਿ ਅਜੀਤ ਅਖਬਾਰ ਦੇ ਵਿੱਚ ਮੈਂ ਪੜ੍ਹਦਾ ਹੁੰਦਾ ਸੀ ਤਕਰੀਬਨ ਗਾਲਬਨ, ਇਸ ਗੱਲ ਨੂੰ ਵੀ 20-30 ਸਾਲ ਹੋ ਹੀ ਗਏ ਹੈ ਕਿ ਕੋਈ ਵਡਾਲਾ ਜੀ ਸਨ ਉਹ ਇਹਦੇ ਵਾਸਤੇ ਰੋਜ਼ ਅਰਦਾਸ ਉੱਥੇ ਕਰਦੇ ਸੀ, ਉਹਨਾਂ ਨੇ ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਸੀ, ਤੇ ਫਿਰ ਮੇਰੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਮੇਰਾ ਬਚਪਨਾ ਸੀ ਵੀ ਇਹ 30-40-35 ਸਾਲ ਪੁਰਾਣੀ ਗੱਲ ਹੈ, ਮੇਰੇ ਸਕੂਲ ਕਾਲਜ ਦੇ ਦਿਨ ਹੋਣਗੇ ਕਿ ਮੈਂ ਉਸ ਸਥਾਨ ਦੇ ਦਰਸ਼ਨ ਕਰਕੇ ਆਵਾਂ, ਉਹ ਐਕਚੁਅਲੀ ਮੁੱਦਾ ਹੈ ਕੀ ਹੈ, ਪ੍ਰੋਬਲਮ ਹੈ ਕੀ। ਫਿਰ ਮੈਂ ਉੱਥੇ ਦਰਸ਼ਨ ਵੀ ਕੀਤੇ, ਉਹ ਦੂਰ ਪੂਈ ਨਰਾਈ ਉੱਥੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਂਦੇ ਸਨ, ਤੇ ਭਾਈ ਗੁਰਦਾਸ ਜੀ ਨੇ ਵੀ ਗੁਰਬਾਣੀ ਦੇ ਵਿੱਚ ਕਿਹਾ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਅੰਤਮ ਸਮਾਂ ਬਤੀਤ ਹੋਇਆ ਹੈ, ਤੇ ਉੱਥੇ ਉਹਨਾਂ ਨੇ ਸਿੱਖ ਕੌਮ ਦੇ ਜਿਹੜੇ ਕੁੱਝ ਮਹਾਨ ਕਾਰਜ ਹੈ ਕਿ ਇੱਕ ਨਵਾਂ ਧਰਮ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਹੈ, ਤੇ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਲੱਗਿਆਂ ਇੱਕ ਬੜੀ ਵੱਡੀ ਰਿਸਪੋਂਸਿਬਿਲਟੀ ਬਣ ਗਈ ਸੀ ਕਿ ਇਸ ਪਰੰਪਰਾ ਨੂੰ, ਇਸ ਧਰਮ ਨੂੰ, ਇਸ ਮਤ ਨੂੰ, ਇਸ ਵਿਚਾਰਧਾਰਾ ਨੂੰ ਅੱਗੇ ਚਲਾਉਣ ਲਈ ਕਿਸੇ ਯੋਗ ਸ਼ਖਸ ਦੀ ਚੋਣ ਕਰਨੀ। ਉਹ ਜਿਹੜੀ ਚੋਣ ਹੈ ਉਹ ਵੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਮੁਕੱਦਸ ਜ਼ਮੀਨ ਤੇ ਕੀਤੀ ਹੈ, ਤੇ ਇਹ ਇੱਕ ਜਿਹੜਾ ਬੜੀ ਦੀਰਾਂ ਤੋਂ ਅਸੀਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤੇ ਸਾਰੇ ਗੁਰਦੁਆਰੇ ਤੇ ਨਹੀਂ, ਚਲੋ ਇੱਕ ਬੜਾ ਅੱਛਾ ਯਤਨ ਆਰੰਭ ਹੋਇਆ ਹੈ ਕਿ ਉਹ ਅਰਦਾਸ ਬੇਨਤੀ ਹੁੰਦੀ ਸੀ ਕਿ ਉਹ ਜਿਹੜਾ ਕਰਤਾਰਪੁਰ ਅਸਥਾਨ ਹੈ ਬਿਲਕੁਲ ਜੋ ਹੈ ਇੰਡੀਆ ਦੇ ਬਿਲਕੁਲ ਇੰਜ ਕਹੀਏ ਬਾਰਡਰ ਦੇ ਉੱਤੇ ਹੀ ਪੈਂਦਾ ਹੈ, ਉੱਥੋਂ ਦਰਸ਼ਨ ਵੀ ਹੁੰਦੇ ਆ ਤੇ ਸੰਗਤਾਂ ਨੂੰ ਦਰਸ਼ਨ ਹੋ ਜਾਣ। ਪਰ ਮੈਨੂੰ ਥੋੜ੍ਹਾ ਜਿਹਾ ਇਸ ਗੱਲ 'ਤੇ ਥੋੜ੍ਹੀ ਜਿਹੀ ਰੰਜਿਸ਼ ਵੀ ਲੱਗ ਰਹੀ ਹੈ ਕਿ ਅੱਜ ਕੱਲ੍ਹ ਜਿਹੜੀ ਕਸ਼ੀਦਗੀ ਪੈਦਾ ਹੋ ਗਈ ਹੈ ਦੋਨਾਂ ਮੁਲਕਾਂ ਦੇ ਵਿੱਚ, ਵਾਹਿਗੁਰੂ ਅੱਗੇ ਅਰਦਾਸ ਹੀ ਅਸੀਂ ਕਰ ਸਕਦੇ ਹਾਂ ਕਿ ਇਹ ਪ੍ਰੋਜੈਕਟ ਜਿਹੜਾ ਹੈ ਸਿਰੇ ਚੜ੍ਹ ਸਕੇ, ਸੰਗਤ ਫ੍ਰੀਕੁਐਂਟਲੀ ਦਰਸ਼ਨ ਕਰ ਸਕੇ, ਉੱਥੇ ਜ਼ਿਆਰਤ ਕਰ ਸਕੇ ਜੀ। ਹਾਂਜੀ ਜੀ ਭੁਪਿੰਦਰ ਸਿੰਘ ਜੀ, ਅਤੇ ਬਹੁਤ ਖੁਸ਼ੀ ਦਾ ਮਾਹੌਲ ਬਣ ਗਿਆ ਸੀਗਾ ਜਦ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਤਜਵੀਜ਼ ਜਿਹੜੀ ਜਦ ਰੱਖੀ ਗਈ ਸੀਗੀ। ਹੁਣ ਤੁਸੀਂ ਇੰਟਰਨੈਸ਼ਨਲ ਪੱਧਰ 'ਤੇ ਘੁੰਮਦੇ ਹੋ, ਵਿਸ਼ਵ ਪੱਧਰ 'ਤੇ ਘੁੰਮਦੇ ਹੋ, ਅਤੇ ਸੰਗਤ ਦੀ ਤਰਫੋਂ ਕੀ ਕੁਝ ਸੁਝਾਅ ਜਾਂ ਫਿਰ ਕੀ ਕੁਝ ਪ੍ਰਤੀਕਰਮ ਨਿਕਲ ਕੇ ਸਾਹਮਣੇ ਆ ਰਹੇ ਨੇ, ਉਹ ਵੀ ਤੁਸੀਂ ਇਸ ਮੰਚ ਦੇ ਉੱਤੇ ਰੱਖੋ। ਸੰਗਤ ਜਿਹੜੀ ਹੈ, ਕਿਉਂਕਿ ਰੀਸੈਂਟਲੀ ਹੁਣੇ ਮੈਂ ਇੰਡੀਆ ਹੀ ਸੀ ਤੇ ਇੰਡੀਆ ਤੋਂ ਬਾਅਦ ਮੈਂ ਹੁਣੇ ਯੂਰਪ, ਹਾਲੈਂਡ, ਬੈਲਜੀਅਮ, ਫਰਾਂਸ, ਲੰਡਨ, ਸਾਊਥ ਹਾਲ, ਹੰਸਲੋ ਸਲੋ ਸਾਰੇ ਗੁਰੂ ਘਰਾਂ 'ਚ ਗਿਆ ਵਾਂ ਜੀ, ਤੇ ਸੰਗਤ ਜਿਹੜੀ ਆ ਉਹਦੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਤੇ ਬੜੀ ਪੈਦਾ ਹੋ ਗਈ, ਸਾਡੇ ਮਨ ਦੇ ਵਿੱਚ ਵੀ ਬੜਾ ਉਤਸ਼ਾਹ ਪੈਦਾ ਹੋ ਗਿਆ ਵੀ ਚਲੋ ਬੜੀ ਇੱਕ ਜਿਹੜੀ ਪੁਰਾਣੀ ਮੰਗ ਚੱਲ ਰਹੀ ਹੈ ਸਿੱਖ ਸੰਗਤਾਂ ਨੂੰ ਦਰਸ਼ਨ ਕਰਨ ਦਾ। ਈਵਨ ਮੈਂ ਤੇ ਉੱਥੇ ਇੰਡੀਆ ਦੇ ਵਿੱਚ ਅੰਮ੍ਰਿਤਸਰ ਦੇਖ ਕੇ ਆਇਆ, ਸੰਗਤਾਂ ਨੇ ਭਾਵੇਂ ਕਿ ਜੇ ਉਹ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ ਉੱਥੇ ਨੀਂਹ ਪੱਥਰ ਹੀ ਦੋਨਾਂ ਗੌਰਮੈਂਟ ਦੀ ਤਰਫੋਂ ਰੱਖਿਆ ਗਿਆ, ਸਮਾਗਮ ਕੀਤੇ ਗਏ, ਸੰਗਤ ਵੈਸੇ ਹੀ ਜਾਣੀ ਸ਼ੁਰੂ ਹੋ ਗਈ ਜੀ। ਇੱਕ ਮੈਂ ਨਵਾਂ ਹੀ ਉੱਥੇ ਟ੍ਰੈਂਡ ਇੰਡੀਆ 'ਚ ਦੇਖਿਆ ਵੀ ਉੱਥੇ ਸੰਗਤ ਦੀ ਆਮਦ ਵਧੀ ਉਹਦੇ ਨਾਲ ਜੀ, ਤੇ ਲੇਕਿਨ ਹੁਣ ਜਿਹੜੀ ਇਹ ਕਸ਼ੀਦਗੀ ਥੋੜ੍ਹੀ ਜਿਹੀ ਪੈਦਾ ਹੋ ਗਈ ਹੈ ਦੋਨਾਂ ਮੁਲਕਾਂ ਦੇ ਵਿੱਚ, ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੱਕ ਉਭਰਨੇ ਸ਼ੁਰੂ ਹੋ ਗਏ ਨੇ, ਤੇ ਇਹੀ ਹੈ ਕਿ ਸਾਰੀ ਸੰਗਤ ਉਹਦੇ ਵਿੱਚ ਥੋੜ੍ਹੀ ਜਿਹੀ ਡਿਸਆਰਟਡ ਵੀ ਹੈ ਕਿ ਪਤਾ ਨਹੀਂ ਇਹ ਪ੍ਰੋਜੈਕਟ ਪੂਰਾ ਹੋ ਸਕੇ ਨਾ ਹੋ ਸਕੇ। ਵਾਹਿਗੁਰੂ ਦੇ ਅੱਗੇ ਅਰਦਾਸ ਹੈ, ਪਰ ਸੰਗਤ ਵਿੱਚ ਬੜਾ ਭਾਰੀ ਉਤਸ਼ਾਹ ਹੈ ਸਟਿਲ ਕਿ ਸਤਿਗੁਰੂ ਜੀ ਦੇ ਸਾਨੂੰ ਜਿਹੜੇ ਹੈ ਖੁੱਲ੍ਹੇ ਦਰਸ਼ਨ ਹੋਣ, ਗੁਰੂ ਘਰ ਦੇ ਖੁੱਲ੍ਹੇ ਦੀਦਾਰ ਹੋਣ। ਬਪਿੰਦਰ ਸਿੰਘ ਜੀ, ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ, ਜਿਵੇਂ ਹਰਿਮੰਦਰ ਸਾਹਿਬ ਅਹਿਮੀਅਤ ਰੱਖਦਾ ਹੈ ਸਾਡੇ ਧਰਮ ਦੇ ਵਿੱਚ,
ਤਾਂ ਨਨਕਾਣਾ ਸਾਹਿਬ ਦੀ ਧਰਤੀ ਕਿੰਨੀ ਅਹਿਮੀਅਤ ਰੱਖਦੀ ਹੈ? ਕਿਉਂਕਿ ਕਈ ਅਜਿਹੇ ਸਾਡੇ ਸੰਗਤ ਦੇ ਵਿੱਚ ਨੇ ਜਿਨ੍ਹਾਂ ਨੇ ਦਰਸ਼ਨ ਹੀ ਨਹੀਂ ਕੀਤੇ, ਲੇਕਿਨ ਸੁਣਿਆ ਸੀਗਾ ਕਿ ਅਸੀਂ ਦਰਸ਼ਨ ਕਰਾਂਗੇ, ਹੁਣ ਬਸ ਖੁੱਲ੍ਹਣ ਹੀ ਜਾ ਰਿਹਾ ਸੀਗਾ ਕਿ ਸਸਪੈਂਸ ਕ੍ਰੀਏਟ ਹੋ ਗਿਆ। ਦੇਖੋ, ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਦਾ ਜ਼ਿਕਰ ਹੈ ਕਿ ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ ਆ। ਹਰ ਸਿੱਖ ਜਿਹੜਾ ਦਰਬਾਰ ਸਾਹਿਬ ਦੇ ਅਰਦਾਸ ਹੈ ਉਹ ਇੱਕ ਵਾਰਾ ਕਰਦਾ ਹੈ, ਦਿਨ 'ਚ ਤਿੰਨ ਵਾਰਾਂ ਕਰਦਾ ਜਾਂ ਪੰਜ ਦਫ਼ਾ ਕਰਦਾ ਹੈ। ਉਹਦੀ ਇੱਛਾ ਹੈ ਕਿ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਉਹ ਇੱਕ ਮਹਾਨਤਾ ਹੈ। ਲੇਕਿਨ ਨਨਕਾਣਾ ਸਾਹਿਬ ਦੀ ਜਿਹੜੀ ਮਹਾਨਤਾ ਹੈ ਉਹ ਬੜੀ ਗਹਿਰੀ ਤੇ ਸਮਝਣ ਵਾਲੀ ਮਹਾਨਤਾ ਹੈ। ਉਹਨੂੰ ਮੈਂ ਕਈ ਦਫ਼ਾ ਆਪਣੇ ਵਿਚਾਰ ਦੇ ਵਿੱਚ ਇੰਝ ਬਿਆਨ ਕਰਦਾ ਹੈ ਕਿ ਜਿਹੜਾ ਕੋਈ ਦੁਨੀਆਂ ਦੇ ਵਿੱਚ ਕ੍ਰਿਸਚੀਅਨ ਹੈ, ਜਦੋਂ ਉਹ ਕਹਿੰਦਾ ਮੈਂ ਕ੍ਰਿਸਚੀਅਨ ਹਾਂ, ਈਸਾਈ ਹਾਂ, ਤੇ ਉਹ ਸਿੱਧਾ ਜਿਹੜਾ ਕ੍ਰੈਡਿਟ ਹੈ ਉਹ ਜੀਸਸ ਕ੍ਰਾਈਸਟ ਨੂੰ ਚਲਾ ਜਾਂਦਾ ਹੈ। ਜਦੋਂ ਉਹ ਕਹਿੰਦਾ ਵਾ ਮੈਂ ਮੁਸਲਮਾਨ ਹਾਂ ਤੇ ਉਹਦਾ ਸਿੱਧਾ ਜਿਹੜਾ ਕ੍ਰੈਡਿਟ ਹੈ ਉਹ ਲਿੰਕ ਗੱਲ ਮੁਹੰਮਦ ਸਾਹਿਬ ਨਾਲ ਕਰ ਜਾਂਦੀ ਹੈ। ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਬੰਦਾ ਕਹਿੰਦਾ ਮੈਂ ਬੋਧਿਸਟ ਹਾਂ ਤੇ ਉਹਦਾ ਸਿੱਧਾ ਜਿਹੜਾ ਕ੍ਰੈਡਿਟ ਲਿੰਕ ਹੈ ਉਹ ਮਹਾਤਮਾ ਬੁੱਧ ਲਾਰਡ ਬੁੱਧਾ ਨਾਲ ਕਰ ਜਾਂਦਾ ਹੈ। ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਬੰਦਾ ਇਹ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਆਈ ਐਮ ਏ ਸਿੱਖ, ਆਈ ਐਮ ਆਈ ਬਿਲੋਂਗ ਫਰੋਮ ਦਾ ਸਿੱਖਇਜ਼ਮ, ਤੇ ਉਹਦਾ ਸਿੱਧਾ ਹੀ ਲਿੰਕ ਧੰਨ ਗੁਰੂ ਨਾਨਕ ਸਾਹਿਬ ਨਾਲ ਕਰ ਜਾਂਦਾ, ਕਿਉਂਕਿ ਗੁਰੂ ਨਾਨਕ ਸਾਹਿਬ ਹੀ ਸਿੱਖ ਧਰਮ ਦੇ ਫਾਊਂਡਰ ਹਨ, ਉਹਨਾਂ ਹੀ ਸਿੱਖ ਮਤ ਨੂੰ ਸ਼ੁਰੂ ਕੀਤਾ ਹੈ, ਤੇ ਉਹਨਾਂ ਦੀ ਜਿਹੜੀ ਮਹਿਮਾ ਹੈ ਉਹ ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਚ ਡਾਕਟਰ ਸਰ ਮੁਹੰਮਦ ਇਕਬਾਲ ਨੇ ਵੀ ਕਿਹਾ, ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਤੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਤੇ, ਸ਼ਮੇ ਹੱਕ ਸੀ ਜੋ ਮੁਨੱਵਰ ਹੋ ਉਹ ਜੇ ਮਹਿਫਿਲ ਨਾ ਸੀ, ਬਾਰਿਸ਼ ਰਹਿਮਤ ਹੋਈ ਮਗਰ ਜ਼ਿਮੀ ਕਾਬਲ ਨਾ ਸੀ। ਤੇ ਉਹ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਥਾਨ ਹੈ ਨਨਕਾਣਾ ਸਾਹਿਬ, ਤੇ ਮੈਂ ਸਮਝਦਾ ਹਾਂ ਕਿ ਉਹਦੀ ਸਿੱਖ ਸਿੱਖ ਧਰਮ ਦੀ ਸ਼ੁਰੂਆਤ ਹੀ ਨਨਕਾਣੇ ਤੋਂ ਹੋਈ ਹੈ। ਸਿੱਖ ਧਰਮ ਦਾ ਜਿਹੜਾ ਪਹਿਲਾ ਜਨਮ ਹੈ ਉਸ ਪਵਿੱਤਰ ਧਰਤੀ ਤੋਂ ਹੋਇਆ ਹੈ, ਤੇ ਸਿੱਖ ਵਾਸਤੇ ਉਹਦੀ ਇੰਨੀ ਮਹਾਨਤਾ ਹੈ ਜੋ ਇੱਕ ਯਹੂਦੀ ਵਾਸਤੇ ਇਜ਼ਰਾਇਲ ਦੀ ਮਹਾਨਤਾ ਹੈ, ਜੋ ਇੱਕ ਜੀਸਸ ਕ੍ਰਾਈਸਟ ਕ੍ਰਿਸਚੈਨਿਟੀ ਨੂੰ ਮੰਨਣ ਵਾਲਿਆਂ ਦੀ ਰੋਮ ਦੀ ਮਹਾਨਤਾ ਹੈ, ਜਿਵੇਂ ਮੁਸਲਮਾਨ ਨੂੰ ਮਤ ਵਿੱਚ ਮੰਨਣ ਵਾਲਿਆਂ ਦੀ ਮੱਕੇ ਦੀ ਮਹਾਨਤਾ ਹੈ, ਸਿੱਖ ਧਰਮ ਦੀ ਨਨਕਾਣੇ ਦੀ ਉਸ ਤਰ੍ਹਾਂ ਦੀ ਮਹਾਨਤਾ ਹੈ। ਜੀ, ਬਹੁਤ ਬਹੁਤ ਮਿਹਰਬਾਨੀ ਭੁਪਿੰਦਰ ਸਿੰਘ ਮਸਕੀਨ ਜੀ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਰੱਖੇ ਔਰ ਇੰਪੋਰਟੈਂਟ ਦੱਸੀ ਤੁਸੀਂ ਨਨਕਾਣਾ ਸਾਹਿਬ ਦੀ, ਜੋ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਸੀ ਕਿ ਜਾਣਨੀ, ਔਰ ਤੁਸੀਂ ਅਹਿਮ ਜਾਣਕਾਰੀ ਸਾਨੂੰ ਵੀ ਦਿੱਤੀ, ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਕੋਈ ਗੱਲ ਨਹੀਂ ਜੀ, ਮਹਾਰਾਜਾ ਅਰਦਾਸ ਕਰੀਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਸਤਿਗੁਰੂ ਜੀ ਕਿਰਪਾ ਕਰ। ਬਹੁਤ ਬਹੁਤ ਧੰਨਵਾਦ। ਇਹ ਸੀਗੇ ਭੁਪਿੰਦਰ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਰੱਖੇ ਔਰ ਦੱਸੀ ਅਹਿਮੀਅਤ ਨਨਕਾਣਾ ਸਾਹਿਬ ਦੀ। ਲੇਕਿਨ ਹੁਣ ਜੇ ਮੈਂ ਹੁਣ ਇਹਦਾ ਸਿਆਸੀ ਪੱਖ ਵੇਖ ਲਵਾਂ, ਤਾਂ ਜਿੱਥੇ ਹੁਣ ਦੋਵੇਂ ਮੁਲਕਾਂ ਦੇ ਵਿੱਚ ਜਿਹੜੇ ਆਪਸੀ ਮਤਭੇਦ ਸ਼ੁਰੂ ਹੋ ਚੁੱਕੇ ਹਨ, ਇਹ ਕਿਉਂ ਕ੍ਰੀਏਟ ਹੋਏ? ਇੱਕ ਪਾਸੇ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੀ ਤਜਵੀਜ਼ ਰੱਖੀ ਗਈ ਸੀਗੀ ਔਰ ਖੁੱਲ੍ਹਣ ਵੀ ਜਾ ਰਿਹਾ ਸੀਗਾ, ਨੀਂਹ ਪੱਥਰ ਤੱਕ ਰੱਖ ਦਿੱਤਾ ਗਿਆ ਸੀਗਾ, ਔਰ ਦੂਜੇ ਪਾਸੇ ਹੀ ਜਦ ਇਹ ਅਜਿਹੀ ਚੀਜ਼ ਹੁੰਦੀ ਹੈ, ਔਰ ਉਸ ਤੋਂ ਬਾਅਦ ਇਹ ਵੀ ਮੀਡੀਆ ਦੇ ਵਿੱਚ ਸੁਰਖੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਕਿ 2019 ਦੇ ਵਿੱਚ ਹੀ ਕਿਉਂ ਸਭ ਕੁਝ ਹੋਇਆ, ਇਹ ਤੋਂ ਪਹਿਲਾਂ ਕਿਉਂ ਨਹੀਂ ਹੋਇਆ? 2014 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਬਣਾਈ, 2015, 2016, 2017, 2018, 2019 ਹੁਣ ਜਿੱਥੇ ਲੋਕ ਸਭਾ ਚੋਣਾਂ ਵੀ ਨਜ਼ਦੀਕ ਹੈਗੀਆਂ, ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਤਜਵੀਜ਼ ਵੀ ਰੱਖੀ ਗਈ ਸੀਗੀ, ਔਰ ਨਵਾਂ ਜਿਹੜਾ ਮਾਹੌਲ ਜਿਹੜਾ ਕ੍ਰੀਏਟ ਸ਼ੁਰੂ ਹੋਇਆ ਉਸ ਨੂੰ ਲੈ ਕੇ ਜਿਹੜੀ ਹੁਣ ਅਫਵਾਹਾਂ ਦਾ ਬਾਜ਼ਾਰ ਗਰਮ ਹੈਗਾ ਉਹ ਜ਼ਰੂਰ ਕੁਝ ਨਾ ਕੁਝ ਦਸਤਕ ਦਿੰਦਾ, ਲੇਕਿਨ ਇਹ ਕੀ ਦਸਤਕ ਦਿੰਦਾ ਇਹਦੇ ਉੱਤੇ ਮੈਂ ਤੁਹਾਡੇ ਜ਼ਰੂਰ ਵਿਚਾਰ ਲੈਣਾ ਚਾਹਾਂਗਾ। ਮਿਲਦੇ ਹਾਂ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ।
ਤੇ ਦੋਸਤੋ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਅੱਜ ਦਾ ਮੁੱਦਾ ਲੈ ਕੇ ਵਿਚਾਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਅਤੇ ਜੇਕਰ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਜਿਹੜਾ ਹੇਠ ਲਿਖਿਆ ਨੰਬਰ ਇਸ ਟਾਈਮ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ ਉਸ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੁਝ ਮੇਲ ਰਾਹੀਂ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ hakeerat@justbroadcasting.com info@justbroadcasting.com ਦੇ ਉੱਤੇ ਹੁਣ ਚਾਹਾਂਗਾ ਕਿ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਰੱਖੋ ਔਰ ਇਹ ਦੱਸੋ ਕੀ ਲੱਗਦਾ ਤੁਹਾਨੂੰ ਜਿਹੜੀ ਨਨਕਾਣਾ ਸਾਹਿਬ ਦੀ ਧਰਤੀ ਹੈ ਇੰਪੋਰਟੈਂਸ ਰੱਖਦੀ ਹੈ ਸਾਡੇ ਲਈ ਜਿਵੇਂ ਕਿ ਸਾਨੂੰ ਦੱਸਿਆ ਸੀਗਾ ਭੁਪਿੰਦਰ ਸਿੰਘ ਜੀ ਮਸਕੀਨ ਹੋਰਾਂ ਨੇ ਉਹ ਕਿੰਨੀ ਕੁ ਜ਼ਰੂਰੀ ਹੈਗੀ ਹੈ ਉਹਦੇ ਖੁੱਲ੍ਹੇ ਦਰਸ਼ਨ ਦੀਦਾਰ ਜੋ ਤਜਵੀਜ਼ ਰੱਖੀ ਗਈ ਸੀ ਲੇਕਿਨ ਉਹ ਤਜਵੀਰ ਹੁਣ ਧੁੰਦਲੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਕੀ ਰਿਐਕਸ਼ਨ ਦੇਣਗੇ ਇੰਡੀਅਨ ਓਫੀਸ਼ੀਅਲਸ ਇਸ ਬਾਰੇ ਕੀ ਉਹ ਆਪਣੇ ਪ੍ਰਤੀਕਰਮ ਦੇਣਗੇ ਪਾਕਿਸਤਾਨ ਦੇ ਜਿਹੜੇ ਓਫੀਸ਼ੀਅਲਸ ਨੇ ਉਹ ਕੀ ਪ੍ਰਤੀਕਰਮ ਦੇਣਗੇ ਕਿ ਹੁਣ ਕਿੱਥੇ ਨਾ ਕਿੱਥੇ ਜਿਹੜੀ ਸਿਆਸਤ ਹੈ ਉਹ ਧਰਮ ਦੇ ਵਿਚਕਾਰ ਆਈ ਹੈ ਕਿ ਨਹੀਂ ਇਹ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਹੁਣ ਲੈਂਦੇ ਹਾਂ ਅਸੀਂ ਆਪਣੀ ਪਹਿਲੀ ਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਵੀਰ ਸਿੰਘ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਾਂਜੀ ਹਾਂਜੀ ਮੈਂ ਕਿਹਾ ਚਲੋ ਮੈਂ ਵੀ ਆਪਣੇ ਵਿਚਾਰ ਦੱਸ ਦੇਵਾਂ ਕਿ ਜਿਹੜਾ ਇਹ ਜਿਹੜੇ ਹਾਲਾਤ ਚੇਂਜ ਹੋਏ ਨੇ ਜੀ ਉਹਦੇ ਕਰਕੇ ਕਰਤਾਰਪੁਰ ਸਾਹਿਬ ਦਾ ਪਵਿੱਤਰ ਸਥਾਨ ਜਿਹਦੇ ਦਰਸ਼ਨ ਦੀਦਾਰ ਵਾਸਤੇ ਆਪਾਂ ਸਾਰੇ ਹੀ ਬੜੇ ਉਤਸ਼ਾਹਿਤ ਸੀ ਔਰ ਕਰਨਾ ਚਾਹੁੰਦੇ ਸੀ ਜੀ ਉਸ ਤੇ ਕੋਈ ਫਰਕ ਨਾ ਪਵੇ ਆਈ ਹੋਪ ਐਂਡ ਆਈ ਵਿਸ਼ ਕਿ ਉਹਦਾ ਕੋਈ ਕਨੈਕਸ਼ਨ ਆਪੋਜ਼ਿਟ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਭਲੇ ਦਾ ਕੰਮ ਹੈ ਚੰਗਾ ਕੰਮ ਹੈ ਉਹ ਜ਼ਰੂਰ ਅੱਗੇ ਤੱਕ ਜਾਣਾ ਚਾਹੀਦਾ ਬੜੀ ਮਿਹਨਤ ਕਰਕੇ ਸਾਰਿਆਂ ਨੇ ਇਸ ਚੀਜ਼ ਆਪਾਂ ਉਡੀਕ ਕੀਤੀ ਆ ਤੇ ਅਨਫੋਰਚੁਨੇਟਲੀ ਇਹ ਕਿਉਂ ਹੋਇਆ ਔਰ ਕਿਉਂ ਇਸ ਵਾਰੀ ਹੋਇਆ 2019 ਵਿੱਚ ਕਿਉਂ ਹੋਇਆ ਇਲੈਕਸ਼ਨ ਈਅਰ ਵਿੱਚ ਕਿਉਂ ਹੋਇਆ ਔਰ ਜਦਕਿ ਸਾਡੇ ਵਾਸਤੇ ਸਪੈਸ਼ਲੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੀ ਪ੍ਰਕਾਸ਼ ਪੁਰਬ ਦਾ ਜਿਹੜਾ ਸਪੈਸ਼ਲ ਸਮਾਗਮ ਦਾ ਜਿਹੜਾ ਸਾਡਾ ਸਾਲ ਹੈ ਇਹਦੇ ਵਿੱਚ ਅਸੀਂ ਚਾਹੁੰਦੇ ਸੀ ਕਿ ਸਾਰਾ ਕੁਝ ਹੋਵੇ ਤੇ ਆਮ ਵੰਡਰਿੰਗ ਕਿ ਮੀਡੀਆ ਕਿਉਂ ਇਸ ਚੀਜ਼ ਨੂੰ ਇਤਨਾ ਜ਼ਿਆਦਾ ਵਧਾ ਕੇ ਦੱਸ ਰਿਹਾ ਹੈਗਾ ਜਿਦਾਂ ਲੜਨਾ ਜਿਹੜਾ ਬੜੀ ਵੱਡੀ ਚੰਗੀ ਗੱਲ ਹੈ ਔਰ ਗੱਲਬਾਤ ਨਾ ਕੀਤੀ ਜਾਵੇ ਔਰ ਇਤਨਾ ਜ਼ਿਆਦਾ ਮੀਡੀਆ ਕਿਉਂ ਇਸ ਤੋਂ ਅਗਰ ਕੋਈ ਵੀ ਗੱਲ ਇਸ ਬਾਰੇ ਕਰਦਾ ਹੈਗਾ ਕਿ ਆਪਸ ਵਿੱਚ ਬੈਠ ਕੇ ਗੱਲਬਾਤ ਕਰ ਲਓ ਤੇ ਉਸਨੂੰ ਦੇਸ਼ ਦ੍ਰੋਹੀ ਤੱਕਿਆ ਜਾਂਦਾ ਹੈਗਾ ਪਤਾ ਨੀ ਦੇਸ਼ ਦੇ ਵਿਰੋਧੀ ਹੈਗੇ ਕਿ ਗੱਲਬਾਤ ਦੀ ਗੱਲ ਹੀ ਕਿਉਂ ਕਰ ਰਹੇ ਨੇ ਮਤਲਬ ਇਤਨੀ ਨਫ਼ਰਤ ਕਿਉਂ ਫੈਲਾਈ ਹੋਈ ਹੈ ਕਈ ਵਾਰੀ ਮੈਨੂੰ ਸਮਝ ਨਹੀਂ ਆਉਂਦੀ ਆ ਗੱਲਬਾਤ ਜਿਹੜੀ ਨਾ ਜੀ ਉਹੀ ਸੋਲੂਸ਼ਨ ਆ ਉਹ ਤੇ ਕਰਨੀ ਹੀ ਪੈਗੀ ਉਹ ਜ਼ਰੂਰ ਕਰਨੀ ਚਾਹੀਦੀ ਆ ਹੁਣ ਜਿਹੜੇ ਪਾਇਲਟ ਉਹਨਾਂ ਨੇ ਜੀ ਵਾਪਸ ਕਰਤੇ ਅਭਿਨੰਦਨ ਜੀ ਨੂੰ ਵਾਪਸ ਭੇਜਤਾ ਇਟ ਵਾਸ ਵੈਰੀ ਗੁੱਡ ਜੈਸਚਰ ਤੇ ਉਹਨੂੰ ਵੀ ਆਪਾਂ ਪੋਜ਼ਿਟਿਵ ਲੈਣ ਦੀ ਜਗ੍ਹਾ ਆਪਾਂ ਕਹਿ ਰਹੇ ਉਹ ਤੇ ਉਹਨਾਂ ਦੇ ਪ੍ਰੈਸ਼ਰ ਸੀ ਆਪਾਂ ਕਿਸੇ ਵੀ ਚੀਜ਼ ਨੂੰ ਪੋਜ਼ਿਟਿਵ ਲੈਣੇ ਨੂੰ ਤਿਆਰ ਨਹੀਂ ਹੈਗੇ ਠੀਕ ਹੈ ਤੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਕਿ ਜਿਹੜੀ ਨਿਊਜ਼ ਆਪਾਂ ਵੇਖੀ ਹੈਗੀ ਹੈ ਜਿਹੜੀ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਵੱਖ ਵੱਖ ਅਦਾਰਿਆਂ ਦੇ ਉੱਤੇ ਨਿਊਜ਼ ਅਸੀਂ ਵੇਖੀ ਹੈ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਪੋਜ਼ਿਟਿਵ ਨਜ਼ਰ ਆ ਰਿਹਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹਾਂ ਮੈਨੂੰ ਲੱਗਦਾ ਨਹੀਂ ਕਿ ਪਾਕਿਸਤਾਨ ਵੱਲੋਂ ਕੋਈ ਪ੍ਰੋਬਲਮ ਹੈ ਕਿਉਂਕਿ ਇਮਰਾਨ ਖਾਨ ਜੀ ਬੜੇ ਅੱਛੀ ਤਰ੍ਹਾਂ ਉਹਨਾਂ ਨੇ ਮਨ ਤੋਂ ਇਹ ਗੱਲ ਕਹੀ ਸੀ ਸੋ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਇੰਟੈਂਸ਼ਨ ਤੇ ਸ਼ੱਕ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਨੇ ਪਾਇਲਟ ਵੀ ਰਿਲੀਜ਼ ਕਰਤਾ ਹੈਗਾ ਔਰ ਲਗਾਤਾਰ ਅਗਰ ਆਪ ਜੀ ਉਹਨਾਂ ਦੀ ਸਪੀਚ ਸੁਣੋ ਤੇ ਉਹ ਕੋਸ਼ਿਸ਼ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਵੀ ਬੈਠ ਕੇ ਗੱਲਬਾਤ ਕਰ ਲਓ ਔਰ ਆਫਟਰ ਆਲ ਮੈਨੂੰ ਇਹ ਲੱਗਦਾ ਹੈਗਾ ਕਿ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਪੰਜਾਬ ਵਾਸਤੇ ਵਾਰ ਕੋਈ ਚੰਗੀ ਚੀਜ਼ ਨਹੀਂ ਹੈ ਅਸੀਂ ਦੇਖੋ ਨਾ ਜੀ ਚਾਰ ਅਗਰ 40 ਅਗਰ ਬੰਦੇ ਉੱਧਰ ਪੁਲਵਾਮਾ ਹਮਲੇ ਵਿੱਚ ਅਗਰ
ਸਿਰਫ ਮੀਡੀਆ ਤੇ ਰੋਲਾ ਪਾ ਕੇ ਜਾਂ ਪੋਲੀਟੀਕਲ ਸਟੇਟਮੈਂਟ ਦੇ ਕੇ ਸਿਰਫ ਭੜਕਾਉਂਦੇ ਆ ਆਪਾਂ, ਹੋਰ ਕੁਛ ਨੀ ਕਰਦੇ ਆ। ਸੋ ਮੇਰੇ ਖਿਆਲ ਨਾਲ ਫਿਰ ਵੀ ਬੈਠ ਕੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ, ਗੱਲ ਕਰਨੀ ਚਾਹੀਦੀ। ਦੋਵੇਂ ਹੀ ਕੰਟਰੀ ਵਾਸਤੇ ਚੰਗਾ ਹੈਗਾ ਕਿ ਹਮੇਸ਼ਾ ਨੇਬਰ ਵਿੱਚ ਸ਼ਾਂਤੀ ਹੋਵੇ ਤੇ ਚੰਗਾ ਹੈਗਾ ਜੀ ਜੀ, ਕਿਉਂਕਿ ਇਸ ਤਰ੍ਹਾਂ ਕਦੀ ਵੀ ਕਿਸੇ ਵਾਰ ਵਿੱਚ ਨਹੀਂ ਹੁੰਦਾ ਕਿ ਇੱਕ ਪਾਸੇ ਦਾ ਨੁਕਸਾਨ ਹੋ ਰਿਹਾ, ਹਮੇਸ਼ਾ ਦੋਵੇਂ ਪਾਸੇ ਦਾ ਨੁਕਸਾਨ ਹੁੰਦਾ ਹੈ। ਬਿਲਕੁਲ, ਅਗਰ ਕੋਈ ਵੀ ਜੰਗ ਹੁੰਦੀ ਹੈ ਤਾਂ ਦੋਵੇਂ ਮੁਲਕਾਂ ਦਾ ਨੁਕਸਾਨ ਹੋਏਗਾ, ਔਰ ਵਾਰ ਨਹੀਂ ਹੋਣੀ ਚਾਹੀਦੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਇਹ ਸੀਗੇ ਡਾਕਟਰ ਮਨਬੀਰ ਸਿੰਘ ਜੀ ਬੇਕਰਸਫੀਲਡ ਤੋਂ। ਬਹੁਤ ਉਂਗੀਆਂ ਸ਼ਖਸੀਅਤਾਂ ਵਿੱਚੋਂ ਇਹਨਾਂ ਦਾ ਨਾਮ ਸ਼ਾਮਿਲ ਹੁੰਦਾ ਕੈਲੀਫੋਰਨੀਆ ਦੇ ਵਿੱਚ। ਅੱਜ ਇਹਨਾਂ ਨੇ ਕਾਲ ਕਰਕੇ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਸਾਡੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਭੁਪਿੰਦਰ ਪਾਠ ਬੋਲਦਾ ਜੀ, ਮਿਸ਼ੀਗਨ ਤੋਂ। ਸਤਿ ਸ਼੍ਰੀ ਅਕਾਲ ਪਾਠ ਸਾਹਿਬ, ਕੀ ਵਿਚਾਰ ਰੱਖਣੇ ਚਾਹੋਗੇ? ਮਿਹਰਬਾਨੀ ਬਾਟ ਸਾਹਿਬ, ਮਿਹਰਬਾਨੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਤੁਹਾਡੀ, ਤੁਸੀਂ ਕਾਲ ਕੀਤਾ ਸਾਨੂੰ। ਰਾਜਕੁਮਾਰ ਬੋਲ ਰਿਹਾ ਮੈਂ, ਵਰਜੀਨੀਆ ਤੋਂ ਜੀ। ਰਾਜਕੁਮਾਰ ਜੀ, ਮੈਂ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹੱਥ ਲਾ ਕੇ ਚਰਨ ਛੂਹ ਕੇ ਉਹਨਾਂ ਨੂੰ ਮੈਂ ਤੇ ਬਹੁਤ ਹੀ ਮੈਂ ਪ੍ਰੋਗਰਾਮ ਦੇਖਦਾ ਇੱਕ ਕਿ ਜਿਹੜਾ ਕਿ ਰੋਜ਼ ਜੁੜਿਆ ਹੋਇਆ ਅੱਜ ਦਾ ਅੱਜ ਤੱਕ ਜੀ, ਤੇ ਜਿਹੜੀ ਸਾਡੀ ਸਿਆਸਤ ਹੈ ਇਹ ਕਿਹੜੇ ਪਾਸੇ ਰੰਗਲ ਜਾਂਦੀ ਹੈ। ਬਾਕੀ ਮੈਂ ਜਿਹਨੂੰ ਜਿਹੜੀ ਕਰਨੀ ਹੈ, ਜਿਹੜੀ ਸੇਵਾ ਹੈ ਸਿੱਧੂ ਸਾਹਿਬ ਦੀ ਜੀ, ਸੇਵਾ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਤੇ ਜਿਹੜੇ ਇਮਰਾਨ ਖਾਨ ਜਿਹੜੀ ਕਰ ਰਹੇ ਨੇ ਉਹਨਾਂ ਨੇ, ਮੈਂ ਨਹੀਂ ਭੁੱਲ ਸਕਦਾ ਕਿ ਗੁਰੂ ਨਾਨਕ ਦੇਵ ਜੀ ਚਰਨਾਂ ਵਿੱਚ ਉਹਨਾਂ ਦੀ ਵੀ ਪੂਰੀ ਕਰੇ ਤੇ ਸਿੱਧੂ ਸਾਹਿਬ ਦੀ ਵੀ ਪੂਰੀ ਕਰੇ, ਜਿਹੜੀ ਇਹ ਭੈਣ ਭਰਾ ਕਰ ਰਹੇ ਨੇ ਚਾਰ ਵਾਲੀ, ਇਹਨਾਂ ਜਿੰਨੇ ਕਿ ਸ਼ਰਧਾਲੂ ਨੇ ਗੁਰੂ ਨਾਨਕ ਦੇਵ ਜੀ ਦੇ ਇਹ ਵੀ ਪਤਾ ਲੱਗ ਗਿਆ ਜੀ, ਤੇ ਸਾਡੀ ਸਾਰਿਆਂ ਦੀ ਸ਼ਰਧਾ ਪੂਰੀ ਹੋਵੇ ਤੇ ਉਹਨਾਂ ਦੇ ਚਰਨਾਂ ਚ ਇਹ ਅਰਦਾਸ ਹੈ ਕਿ ਇੱਕ ਲਾਂਘਾ ਖੁੱਲੇ। ਮਿਹਰਬਾਨੀ ਰਾਜਕੁਮਾਰ ਸਾਹਿਬ, ਮਿਹਰਬਾਨੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਖਸ਼ੀਸ਼ ਸਿੰਘ ਮੈਰੀਲੈਂਡ ਤੋਂ ਅੱਜ ਕਰ ਰਿਹਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਖਸ਼ੀਸ਼ ਸਿੰਘ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਹਾਂ, ਮੈਂ ਕਿਹਾ ਪਹਿਲੀ ਗੱਲ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਭੁਪਿੰਦਰ ਸਿੰਘ ਮਸਕੀਨ ਉਹਨਾਂ ਨੂੰ ਲੈ ਕੇ ਆ ਰਹੇ ਹੋ, ਜਿਹਨਾਂ ਨੂੰ ਕਿ ਬੜੀ ਜਿਹੜੀ ਕਿ ਮੈਂ ਕਹਾਂ ਵੀ ਇਤਿਹਾਸ ਬਾਰੇ ਬੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈਗੀ ਹੈ। ਤੇ ਨਾਲ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਇਹ ਮੁੱਦਾ ਲਾਂਘੇ ਦਾ ਲੈ ਕੇ ਆ ਰਹੇ ਹੋ ਕਰਤਾਰਪੁਰ ਸਾਹਿਬ ਦਾ ਜੀ,
ਬਹੁਤ ਵੱਡੀ ਗੱਲ ਹੈ, ਇਹਦੇ ਤੇ ਬੜੀ ਖਿਚੜੀ ਪਕਾਈ ਗਈ ਹੈ। ਜਿੱਦਾਂ ਤੁਸੀਂ ਕਿਹਾ ਸੀ ਕਿ ਮੈਂ ਤਾਂ ਇਹ ਸਮਝਦਾ ਕਿ ਬਈ ਸਾਨੂੰ ਨੀ ਪਤਾ ਬਈ ਸਿੱਧੂ ਨੇ ਬਾਜਵੇ ਨੂੰ ਜੱਫੀ ਪਾਈ ਹੈ, ਬਾਜਵੇ ਨੇ ਸਿੱਧੂ ਨੂੰ ਜੱਫੀ ਪਾਈ ਹੈ ਜੀ। ਪਰ ਇਹਦੇ ਵਿੱਚ ਗੱਲ ਇਹ ਹੈਗੀ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਜੋ ਧਰਤੀ ਹੈ ਕਰਤਾਰਪੁਰ ਸਾਹਿਬ ਜੀ, ਉੱਥੇ ਕਰਤਾਰ ਵਸਦਾ ਆਪ, ਠੀਕ ਹੈ ਜੀ, ਕਿਉਂਕਿ ਦਾਸ ਨੂੰ ਉੱਥੇ ਇੱਕ ਦੋ ਵਾਰੀ ਮੌਕਾ ਮਿਲਿਆ ਜਾਣ ਦਾ ਤੇ ਉੱਥੇ ਬੜਾ ਹੀ ਸਕੂਨ ਮਿਲਦਾ ਹੈਗਾ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਇਹ ਖੁੱਲਣਾ ਚਾਹੀਦਾ। ਸਾਡੇ ਮਤਲਬ ਸਿੱਖ ਜਗਤ ਸਾਰੀ ਜਗ੍ਹਾ ਇਹੀ ਇੰਤਜ਼ਾਰ ਵਿੱਚ ਹੈ, ਤੇ ਨਾਲ ਹੀ ਨਾਲ ਜੋ ਸਾਡੇ 550 ਸਾਲਾ ਸਾਡਾ ਗੁਰੂ ਸਾਹਿਬ ਦਾ ਆ ਰਿਹਾ ਹੈਗਾ ਜੀ, ਇਹਦੇ ਵਾਸਤੇ ਵੀ ਸਿੱਖ ਜਗਤ ਬੜੇ ਪਿਆਰ ਤੇ ਸ਼ਰਧਾ ਨਾਲ ਹਰ ਇੱਕ ਜਗ੍ਹਾ ਜਿੰਨੀਆਂ ਵੀ ਜਥੇਬੰਦੀਆਂ ਤੇ ਆਪਣਾ ਪ੍ਰਬੰਧ ਕਰ ਰਹੀਆਂ ਕਿ ਪ੍ਰੋਗਰਾਮ ਉਲੀਕੇ ਜਾ ਰਹੇ ਹਾਂ, ਤੇ ਅਸੀਂ ਇਸ ਦੇ ਨਾਲ ਹੀ ਮੈਂ ਚਾਹੁੰਦਾ ਕਿ ਵੀ ਦੇਖੋ ਇਹਦੇ ਤੇ ਹੋਰ ਪੋਲਿਟਿਕਸ ਨਾ ਖੇਡੀ ਜਾਵੇ ਜੀ, ਕਿਉਂਕਿ ਕਰਤਾਰਪੁਰ ਦੀ ਧਰਤੀ ਜਿਸ ਤਰ੍ਹਾਂ ਤੁਸੀਂ ਕਿਹਾ ਤਾ ਵੀ ਨਨਕਾਣਾ ਸਾਹਿਬ ਹੈ, ਨਨਕਾਣਾ ਸਾਹਿਬ ਸਿੱਖਾਂ ਵਾਸਤੇ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮੁਸਲਮਾਨਾਂ ਵਾਸਤੇ ਮੁਸਲਮਾਨ ਭਰਾਵਾਂ ਵਾਸਤੇ ਮੱਕੇ ਦੀ ਜਗ੍ਹਾ ਹੈਗੀ ਆ ਜੀ। ਸੋ ਸਾਡਾ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ 70 ਸਾਲਾਂ ਦੀਆਂ ਅਰਦਾਸਾਂ ਅੱਜ ਮੈਂ ਸਮਝਦਾ ਵੀ ਇਹ ਕਿਤੇ ਇਹਨਾਂ ਨੂੰ ਫਲ ਪੈ ਰਿਹਾ ਹੈਗਾ। ਸੋ ਸਾਡੀ ਤਾਂ ਅੱਗੇ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਹੈਗੀ ਆ ਕਿ ਇਹ ਗੁਰੂ ਨਾਨਕ ਸਾਹਿਬ ਦਾ ਜੋ ਚਮਤਕਾਰ ਹੋਇਆ ਹੈਗਾ ਪੂਰਾ ਹੋਵੇ, ਤੇ ਆਸ ਵੀ ਰੱਖਦੇ ਹਾਂ ਕਿ ਹੋਏਗਾ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਤੇ ਨਾਲ ਅਸੀਂ ਇਹ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਹਾਂ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਵੀ ਅਸੀਂ ਕੈਪੀਟਲ ਹਿੱਲ ਤੇ ਜੋ ਕਿ ਵਰਲਡ ਦੀ ਕੈਪੀਟਲ ਹੈ ਇਹਦੇ ਵਿੱਚ ਇੱਕ ਸਿੱਖ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਥੱਲੇ ਇੱਕ ਪ੍ਰੋਗਰਾਮ ਸਮਾਗਮ ਉਲੀਕਿਆ ਹੈ ਜੋ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਇਹਨਾਂ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮਿਹਰਬਾਨੀ ਬਹੁਤ ਬਹੁਤ ਤੁਹਾਡੀ, ਅਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇੱਕ ਮੁਹਿੰਮ ਅਸੀਂ ਵੀ ਸ਼ੁਰੂ ਕੀਤੀ ਹੈ, ਜੇਕਰ ਤੁਸੀਂ ਚਾਹੁੰਦੇ ਹੋ ਅਪੀਲ ਕਰਨਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ, ਤੁਸੀਂ ਮੈਨੂੰ ਅਪੀਲ ਕਰ ਸਕਦੇ ਹੋ, ਮੇਲ ਲਿਖ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ, ਅਤੇ ਤੁਹਾਡੀ ਸਿੱਧੀ ਮੇਲ ਜਿਹੜੀ ਹੈ ਉਹਦਾ ਪ੍ਰਿੰਟ ਆਊਟ ਬਕਾਇਦਾ ਔਰ ਉਹਦੀ ਜਿਹੜੀ ਮੇਲ ਦੀ ਕਾਪੀ ਹੈ ਉਹ PM ਹੋ ਯਾਨੀ ਕਿ ਭਾਰਤ ਪ੍ਰਾਈਮ ਮਿਨਿਸਟਰ ਆਫਿਸ ਪਹੁੰਚਾਈ ਜਾਵੇਗੀ। ਔਰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਅਪੀਲ ਇਸ ਈਮੇਲ ID ਦੇ ਉੱਤੇ ਲਿਖ ਕੇ ਭੇਜੋ ਤਾਂ ਕਿ ਜ਼ਮੀਨੀ ਪੱਧਰ 'ਤੇ ਤੁਹਾਡੀ ਅਪੀਲ ਜਿਹੜੀ ਹੈ ਉੱਥੇ ਪਹੁੰਚੇ ਔਰ ਤੁਹਾਡੇ ਜਿਹੜੀ ਫੀਲਿੰਗ ਹੈਗੀ ਹੈ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੋਲ ਪਹੁੰਚੇ ਔਰ ਉਹ ਵੀ ਸਮਝ ਸਕਣ ਕਿ ਸਿੱਖ ਡਾਇਸਪੋਰਾ ਯਾਨੀ ਕਿ ਤੁਸੀਂ NRI ਭਰਾ ਕਰਤਾਰਪੁਰ ਕੋਰੀਡੋਰ ਔਰ ਕਰਤਾਰਪੁਰ ਜਾ ਕੇ ਦਰਸ਼ਨ ਕਰਨਾ ਕਿਉਂ ਜ਼ਰੂਰੀ ਔਰ ਉਹਨੂੰ ਵਾਜਿਬ ਸਮਝਦੇ ਹਨ। ਕਰਾਂਗੇ ਇਸ ਉੱਤੇ ਵਿਚਾਰ ਵਟਾਂਦਰੇ ਨੂੰ ਰੱਖਾਂਗੇ ਅਸੀਂ ਜਾਰੀ, ਮਿਲਦੇ ਹਾਂ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਅਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ, ਅੱਜ ਦਾ ਮੁੱਦਾ ਲੈ ਕੇ ਵਿਚਾਰ ਕਰ ਰਹੇ ਹਾਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਔਰ ਤੁਸੀਂ ਸਾਨੂੰ ਕਾਲ ਕਰ ਰਹੇ ਹੋ। ਜੇਕਰ ਤੁਸੀਂ ਵੀ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਲ ਕਰ ਸਕਦੇ ਹੋ harkirat@justbroadcasting.com, info@justbroadcasting.com ਦੇ ਉੱਤੇ। ਅਤੇ ਕਾਫੀ ਸਾਰੇ ਕਾਲਰ ਸਿਸਟਮ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਮੈਂ ਨਿਊਯਾਰਕ ਤੋਂ ਸੁਰਿੰਦਰ ਬੋਲਦੀ ਹਾਂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਵਿਚਾਰ ਰੱਖਣੇ ਚਾਹੋਗੇ? ਹਾਂਜੀ ਵਿਚਾਰ ਇਹ ਆ ਕਿ ਜੋ ਸਭ ਕੁਝ ਹੁੰਦਾ ਨਾ, ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਚੀਜ਼ ਆਪਣੇ ਆਪ ਕੋਈ ਨਾ ਕੋਈ ਵਿੱਚੋਂ, ਕਈ ਵਾਰੀ ਚੰਗੀਆਂ ਚੀਜ਼ਾਂ ਨਿਕਲ ਆਉਂਦੀਆਂ, ਕਈ ਵਾਰੀ ਮਾੜੀਆਂ ਨਿਕਲ ਆਉਂਦੀਆਂ ਜੀ। ਜਿਹੜੀ ਇਹ ਲਾਂਘੇ ਬਾਰੇ ਸੀਗੀ, ਇਹ ਜਿਵੇਂ ਆਪਾਂ ਸੁਣਦੇ ਆ ਅਰਦਾਸ ਕਦੋਂ ਦੀ ਹੋ ਰਹੀ ਸੀ, ਕਦੋਂ
ਆਪਣੀ ਅਰਦਾਸ ਦੇ ਵਿੱਚ ਇਹ ਚੀਜ਼ ਸ਼ਾਮਿਲ ਹੋਈ ਆ ਕਿ ਇਹ ਚੀਜ਼ ਸਾਨੂੰ ਖੁੱਲੇ ਦਰਸ਼ਨਦਾਰ ਹੋਣੇ ਚਾਹੀਦੇ ਆ। ਹਰ ਗੁਰਦੁਆਰੇ ਵਿੱਚ ਦੁਨੀਆਂ ਦੇ ਉੱਤੇ ਜਿੰਨੇ ਵੀ ਗੁਰਦੁਆਰੇ ਆ, ਸੁਬਹ ਸ਼ਾਮ ਕੋਈ ਵੀ ਆਦਮੀ ਜਦੋਂ ਪਾਠ ਕਰਦਾ ਏ, ਅਰਦਾਸ ਕਰਦਾ ਏ, ਤੇ ਅਰਦਾਸ ਪਰਮਾਤਮਾ ਵੱਲੋਂ ਕੋਈ ਟਾਈਮ ਆਉਂਦਾ ਏ ਕਿ ਸੁਣੀ ਜਾਂਦੀ ਆ ਜੀ। ਤੇ ਜਿਹੜੀ ਹੈਗੀ ਆ ਸਿਆਸਤ, ਉਹ ਤੇ ਇੱਕ ਗੱਲ ਨੂੰ ਹਰ ਇੱਕ ਗੱਲ ਲੈ ਕੇ ਉਹਦੇ ਉੱਤੇ ਕਿ ਉਂਗਲ ਚੁੱਕਣ ਵਾਲੀ ਗੱਲ ਹੁੰਦੀ ਆ। ਤੇ ਕਹਿੰਦੇ ਆ ਕਿ ਸਭੇ ਜਿਹੜੇ ਸਿਆਣਿਆਂ ਦੀ ਇੱਕ ਮਤ ਹੁੰਦੀ ਆ ਤੇ ਮੂਰਖ ਆਪੋ ਆਪਣੀ, ਉਹ ਆਪੋ ਆਪਣੀਆਂ ਗੱਲਾਂ ਕਰੀ ਜਾਂਦੇ ਆ, ਤੇ ਜਿਹੜੇ ਦੂਜੇ ਹੁੰਦੇ ਆ ਮੂਰਖ ਸਭ ਤੋਂ ਉਹ ਉਦੋਂ ਜ਼ਿਆਦਾ ਹੁੰਦੇ ਆ ਜਿਹੜੇ ਕਿ ਇੱਕ ਗੱਲ ਨੂੰ ਕਿਸੇ ਦੀ ਨੂੰ ਉਹਨੂੰ ਇੰਨਾ ਵੱਡੀ ਗੱਲ ਬਣਾ ਦਿੰਦੇ ਹੈਗੇ ਆ। ਤੇ ਇਹਦੇ ਵਿੱਚ ਕੋਈ ਫਾਇਦਾ ਤਾਂ ਨਿਕਲਣਾ ਨਹੀਂ ਗਾ, ਇੱਕ ਸਾਰੇ ਟਾਈਮ ਪਾਸ ਕਰਨ ਪਿੱਛੇ ਹੀ ਕਿ ਗੱਲਾਂ ਸੁਣਨ ਪਿੱਛੇ, ਜਿਵੇਂ ਲੱਸੀ ਤੇ ਲੜਾਈ ਨੂੰ ਵਧਾਈ ਚੱਲੋ ਤੇ ਵਧੀ ਜਾਊਗੀ, ਉਹਦਾ ਕੋਈ ਅੰਤ ਨਹੀਂ ਹੁੰਦਾ ਹੈਗਾ ਜੀ। ਤੇ ਬਾਕੀ ਗੱਲ ਜਿਹੜੀ ਹੈ ਕਿ ਇਮਰਾਨ ਖਾਨ ਆ ਦੋ ਮਤਲਬ ਕਿ ਖਿਡਾਰੀ ਆ ਵਿੱਚ ਦੋਸਤ ਵੀ ਪੱਕੇ ਦੋਸਤ ਸੀਗੇ ਉਹਨਾਂ ਦੇ, ਉਸ ਟਾਈਮ ਦੇ ਉੱਤੇ ਹਾਲਾਤ ਇਸ ਤਰ੍ਹਾਂ ਆਏ ਕਿ ਜਿਵੇਂ ਸਿੱਧੂ ਨੇ ਜੱਫੀ ਪਾਈ ਆ, ਕੋਈ ਵੀ ਆ ਜਦੋਂ ਆਪਣੇ ਉਹ ਕੋਈ, ਮੈਂ ਇੱਕ ਫੌਜੀ ਦੀ ਧੀ ਆ, ਮੈਨੂੰ ਪਤਾ ਏ ਕਿ ਜਦੋਂ ਫੌਜ ਦੇ ਵਿੱਚ ਬੰਦਾ ਆਪਣਾ ਸ਼ੁਰੂ ਕਰਦਾ ਹੈ ਸਭ ਤੋਂ ਪਹਿਲਾਂ ਉਹ ਕਸਮ ਖਾਂਦਾ ਹੈ ਕਿ ਮੈਂ ਆਪਣੇ ਆਪਣੇ ਜਿੱਥੇ ਮੈਂ ਨੌਕਰੀ ਕਰ ਰਿਹਾ ਉਹਦਾ ਮੈਂ ਉਹਦੇ ਪਿੱਛੇ ਸਭ ਕੁਛ ਕਰੂੰਗਾ ਜੀ। ਉੱਥੇ ਜਿਸ ਤਰ੍ਹਾਂ ਕਿ ਗੁਰੂ ਅਰਜਨ ਦੇਵ ਜੀ ਦੇ, ਕ੍ਰਿਸ਼ਨ ਨੇ ਵੀ ਅਰਜਨ ਦੇਵ ਜੀ ਨੂੰ ਇਹੀ ਸਿੱਖਿਆ ਦਿੱਤੀ ਸੀਗੀ ਕਿ ਤੁਸੀਂ ਲੜਾਈ ਕਰਨੀ ਆ ਉਹ ਕਈ ਵਾਰੀ ਕਰਨੀ ਪੈ ਜਾਂਦੀ ਆ, ਤੇ ਹਰ ਵੇਲੇ ਜਿਹੜਾ ਦੁਸ਼ਮਣ ਆ ਉਹ ਹਰ ਵੇਲੇ ਦੁਸ਼ਮਣ ਨਹੀਂ ਹੁੰਦਾ ਗਾ, ਜਦੋਂ ਅਸੀਂ ਮਿਲਦੇ ਹਾਂ ਉਦੋਂ ਉਹ ਦੁਸ਼ਮਣ ਨਹੀਂ ਗਾ, ਉਦੋਂ ਜਿੱਥੇ ਹਾਲਾਤ ਹੁੰਦੇ ਆਪਾਂ ਸਭ ਨੂੰ ਜੱਫੀ ਪਾ ਕੇ ਮਿਲਦੇ ਹਾਂ। ਹਰ ਗੱਲ ਦੇ ਉੱਤੇ ਸਿਆਸਤ ਹੋ ਰਹੀ ਆ, ਕੋਈ ਨਹੀਂ ਕਿ ਜਦੋਂ ਕੋਈ ਪਰਮਾਤਮਾ ਦਾ ਟਾਈਮ ਆਉਂਦਾ ਹੈ ਨਾ ਸਾਰੀਆਂ ਗੱਲਾਂ ਪਿੱਛੇ ਪੈ ਜਾਂਦੀਆਂ ਏ, ਤੇ ਆਪਾਂ ਪਰਮਾਤਮਾ ਦੇ ਉੱਤੇ ਆਸ ਕਰੀਏ ਕਿ ਇਹ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਨੇਪਰੇ ਚੜ੍ਹਨਾ ਏ ਇਸ ਨੂੰ, ਤੇ ਬਸ ਸਭ ਦੇ ਉੱਤੇ ਆਪਾਂ ਚੰਗਾ ਸੋਚੀਏ। ਕਿਸੇ ਦੇ ਕੁਛ ਵੀ ਆ, ਕਿਸੇ ਦੀ ਗੱਲ ਕਰਨ ਦੀ ਕਈ ਵਾਰੀ ਹੋ ਜਾਂਦੀ ਆ ਪਰ ਫਾਇਦਾ ਤੇ ਕੁਛ ਨਹੀਂ ਨਿਕਲਦਾ ਗਾ। ਸਭ ਤੋਂ ਵੱਡੀ ਗੱਲ ਇਹੀ ਆ ਕਿ ਪਰਮਾਤਮਾ ਦਾ ਕੰਮ ਹੈ, ਪਰਮਾਤਮਾ ਨੇ ਕਰਾਉਣਾ ਤੇ ਸਭ ਉਸੇ ਦੀ ਉਸੇ ਦਾ ਕੀਤਾ ਹੀ ਜਾਂਦਾ ਹੈ। ਇੱਥੇ 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 ਭੈਣ ਜੀ ਸਬਬ ਜ਼ਰੂਰ ਤੁਸੀਂ ਜ਼ਰੂਰ ਸੁਣਿਓ, ਜਿਹੜਾ ਮੈਨੂੰ ਹੁਣ ਤੁਹਾਡੀ ਗੱਲ ਤੋਂ ਯਾਦ ਆਇਆ। ਸਬਬ ਇੱਥੇ ਇਹ ਬਣਿਆ ਕਿ 2017 ਦੇ ਵਿੱਚ ਵਜ਼ੀਰ ਬੰਦੇ ਹਨ ਵਜ਼ਾਰਤ ਦੇ ਵਿੱਚ ਪੰਜਾਬ ਦੀ, ਜਿਹੜਾ ਭਾਰਤ ਵੱਲ ਪੰਜਾਬ ਹੈਗਾ, ਨਵਜੋਤ ਸਿੰਘ ਸਿੱਧੂ MLA ਬਣ ਕੇ ਉਹਨਾਂ ਨੂੰ ਕੈਬਨਿਟ ਮਿਨਿਸਟਰੀ ਮਿਲਦੀ ਹੈਗੀ ਆ ਔਰ ਸੈਰ ਸਪਾਟੇ ਦੀ ਉਹ ਵਿਭਾਗ ਉਹਨਾਂ ਨੂੰ ਮਿਲਦਾ ਹੈਗਾ। ਉੱਥੇ ਹੀ ਦੂਜੇ ਪਾਸੇ ਉਹਨਾਂ ਦਾ ਮਿੱਤਰ, ਉਹਨਾਂ ਦਾ ਹਾਣੀ ਜਿਹੜਾ ਕਿ ਉਹਨਾਂ ਨਾਲ ਕ੍ਰਿਕਟ ਖੇਡਦਾ ਸੀਗਾ, ਉਹ ਪਾਕਿਸਤਾਨ ਦੇ ਵਿੱਚ ਵਜ਼ੀਰ ਆਲਮ ਬਣਦਾ, ਯਾਨੀ ਕਿ ਉਹ ਉੱਥੇ ਦਾ ਪ੍ਰਾਈਮ ਮਿਨਿਸਟਰ ਬਣਦਾ। ਔਰ ਦੋਵੇਂ ਉਹਨਾਂ ਦੇ ਸੰਬੰਧ ਆਪਸ ਦੇ ਵਿੱਚ ਇੰਨੇ ਡੂੰਘੇ ਸੀਗੇ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਉਹਨਾਂ ਦੀ ਜਿਹੜੀ ਇੱਕ ਇਨਸਾਨੀਅਤ ਵਾਲੀ ਫੀਲਿੰਗ ਹੈਗੀ ਆ ਉਹ ਵੀ ਜ਼ਰੂਰ ਆਈ ਹੋਏਗੀ। ਭਾਵੇਂ ਮੈਨੂੰ ਲੱਗਦਾ ਇਹਦਾ ਸਿਆਸੀਕਰਨ ਕੀਤਾ ਗਿਆ, ਭਾਵੇਂ ਉਹ ਭਾਰਤ ਵੱਲੋਂ ਕੀਤਾ ਗਿਆ ਹੋਵੇ, ਭਾਵੇਂ ਪਾਕਿਸਤਾਨ ਵੱਲੋਂ ਕੀਤਾ ਗਿਆ, ਦੋਵੇਂ ਮੁਲਕਾਂ ਦੇ ਵਿੱਚ ਜੋ ਵੀ ਆਪਸੀ ਮਤਭੇਦ ਹਨ, ਲੇਕਿਨ ਜਦ ਇੱਕ ਇੰਡੀਵਿਜੁਅਲ ਦੀ ਗੱਲ ਆਉਂਦੀ ਹੈ, ਇੱਕ ਆਪਸ ਇੱਕ ਸਿਰਫ ਇੰਡੀਵਿਜੁਅਲ ਦੀ ਜੇਕਰ ਅਸੀਂ ਮੈਂ ਗੱਲ ਕਰਾਂ, ਭਾਵੇਂ ਉਹ ਇੱਥੇ ਤੋਂ ਨਵਜੋਤ ਸਿੰਘ ਸਿੱਧੂ ਹੋਣ ਇਸ ਪਾਸੋਂ ਔਰ ਉਸ ਪਾਸੋਂ ਇਮਰਾਨ ਖਾਨ ਹੋਣ, ਤਾਂ ਉਹਨਾਂ ਦੀ ਦੋਸਤੀ ਜਿਹੜੀ ਹੈ ਇੱਕ ਤਾਂ ਉਹ ਸਾਹਮਣੇ ਆਈ, ਵਜ਼ਾਰਤ ਦੋਨਾਂ ਦੇ ਕੋਲ ਆਈ,
ਇੱਕ ਪ੍ਰਾਈਮ ਮਿਨਿਸਟਰ ਬਣਦਾ, ਇੱਕ ਕੈਬਨਿਟ ਮਿਨਿਸਟਰ ਬਣਦਾ ਪੰਜਾਬ ਦਾ, ਦੋਨਾਂ ਦੇ ਕੋਲ ਪਾਵਰ ਆਈ ਅਤੇ ਇੱਕ ਸਬਬ ਬਣਿਆ ਜਿੱਥੇ ਨਵਜੋਤ ਸਿੰਘ ਸਿੱਧੂ ਆਪਣੀ ਛਾਤੀ ਨੂੰ ਚੌੜਾ ਕਰਕੇ, ਸਿਰਾ ਚੌੜਾ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਜਾ ਰਿਹਾ ਔਰ ਮੈਂ ਆਪਣੇ ਦੋਸਤ ਦੇ ਨਾਲ ਜੱਫੀ ਪਾਈ ਹੈ। ਦੋਸਤ ਦੇ ਨਾਲ ਜੱਫੀ ਪਾਉਣ ਤੋਂ ਬਾਅਦ ਦੋਸਤ ਨੇ ਮੈਨੂੰ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਤੁਹਾਡੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਸੀਗਾ, ਉਸ ਰੋਸ਼ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਔਰ ਕਰਤਾਰਪੁਰ ਕੋਰੀਡੋਰ ਅਸੀਂ ਲਾਂਘਾ ਖੋਲ੍ਹਣਾ ਚਾਹੁੰਦੇ ਹਾਂ। ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਬਿਆਨ ਦਿੱਤਾ, ਮੈਂ ਉਸ ਇਮੋਸ਼ਨਲ ਬਿਆਨ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਜਦ ਇਹ ਗੱਲ ਇਮਰਾਨ ਖਾਨ ਦੇ ਵਿੱਚ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਹੋ ਰਹੀ ਹੈ। ਉੱਥੇ ਦੂਜੇ ਪਾਸੇ ਬਾਜਵਾ ਜੋ ਕਿ ਆਰਮੀ ਜਨਰਲ ਹਨ ਪਾਕਿਸਤਾਨ ਦੇ, ਉਹਨਾਂ ਨੇ ਵੀ ਇਹੀ ਗੱਲ ਨਵਜੋਤ ਸਿੰਘ ਸਿੱਧੂ ਨੂੰ ਆਖੀ। ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾ ਲਈ ਔਰ ਉਸ ਜੱਫੀ ਦਾ ਮਜ਼ਾਕ ਇੰਟਰਨੈਸ਼ਨਲ ਪੱਧਰ 'ਤੇ, ਵਿਸ਼ਵ ਪੱਧਰ 'ਤੇ ਤੁਸੀਂ ਵੇਖਿਆ ਕਿਸ ਤਰੀਕੇ ਨਾਲ ਉਹਦਾ ਉਡਾਇਆ ਗਿਆ ਸੀਗਾ। ਅਤੇ ਉਹ ਗੱਲ ਨਵਜੋਤ ਸਿੰਘ ਸਿੱਧੂ ਨੇ ਖੁਦ ਬਿਆਨ ਕੀਤੀ ਸੀਗੀ ਕਿ ਇਹ ਮੇਰੇ ਨਾਲ ਹੋਇਆ। ਚਲੋ ਇਹ ਤਾਂ ਇੱਕ ਸਬਬ ਬਣਿਆ, ਅਤੇ ਜਿਵੇਂ ਹੁਣ ਸਾਡੇ ਨਾਲ ਕਾਲਰ ਜੁੜੇ ਸੀਗੇ ਉਹ ਕਹਿ ਰਹੇ ਸੀਗੇ ਕਿ ਗੁਰੂ ਸਾਹਿਬ ਖੁਦ ਆਪਣੇ ਆਪ ਸਬਬ ਬਣਾਉਂਦੇ ਹਨ, ਅਤੇ ਕਿਤੇ ਨਾ ਕਿਤੇ ਇਹ ਸਬਬ ਜਿਹੜਾ ਇਹਨਾਂ ਸਾਲਾਂ ਦੇ ਵਿੱਚ ਹੀ ਬਣਦੇ ਹੋਏ ਨਜ਼ਰ ਆਏ, ਪਹਿਲਾਂ ਕਿਉਂ ਨਹੀਂ ਬਣੇ? ਇਹ ਵੀ ਗੱਲ ਇੱਕ ਸੋਚਣ ਵਾਲੀ ਹੈਗੀ ਹੈ। ਹੁਣ ਜਦ ਉਹ ਸਬਬ ਬਣ ਗਿਆ, ਜਦ ਲੱਗਦਾ ਸੀਗਾ ਕਿ ਅਰਦਾਸ ਹੁਣ ਸਾਡੀ ਪੂਰੀ ਹੋਣ ਜਾ ਰਹੀ ਹੈ, ਤਾਂ ਫਿਰ ਇਹ ਆ ਗਿਆ। ਲੇਕਿਨ ਤੁਹਾਨੂੰ ਲੱਗਦਾ ਕਿ ਧਰਮ ਜਿਹੜਾ ਹੈਗਾ ਉਹਨੂੰ ਥੱਲੇ ਕੀਤਾ ਜਾ ਸਕੇ? ਹੁਣ ਸਿਆਸਤ ਜਿਹੜੀ ਹੈ ਉਹ ਇੰਨੀ ਉੱਚੀ ਹੋ ਗਈ ਹੈ ਕਿ ਸਿਆਸਤ ਜੋ ਚਾਹੇ ਉਹ ਕਰ ਸਕਦੀ ਹੈ, ਧਰਮ ਔਰ ਸਾਡੇ ਜਿਹੜੀ ਆਸਥਾ ਹੈਗੀ ਹੈ ਉਹ ਕਿੱਥੇ ਵੀ ਨਜ਼ਰ ਨਹੀਂ ਆਉਂਦੀ। ਤੁਸੀਂ ਆਪਣੇ ਰਾਏ ਮੈਨੂੰ ਇਸ ਨੰਬਰ ਦੇ ਉੱਤੇ ਜਿਹੜਾ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਇਹਦੇ ਉੱਤੇ ਦਿਓ, ਅਸੀਂ ਲਵਾਂਗੇ ਤੁਹਾਡੇ ਵਿਚਾਰ। ਮੈਨੂੰ ਮੇਲ ਵੀ ਕਰ ਸਕਦੇ ਹੋ harkeet@justbroadcasting.com, info@justbroadcasting.com ਦੇ ਉੱਤੇ ਲਵਾਂਗੇ ਤੁਹਾਡੇ ਵਿਚਾਰ ਇਸ ਛੋਟੀ ਜੀ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਮੁੱਦਾ ਕਰ ਰਹੇ ਹਾਂ ਕਿ ਕੋਈ ਇਸ ਲਾਂਘੇ ਨੂੰ ਵੀ ਖੋਲ੍ਹ ਦੇਵੋ। ਲੇਕਿਨ ਖੁੱਲ੍ਹੇਗਾ ਕਿਵੇਂ ਹੈ ਲਾਂਘਾ? ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ, ਮੇਲ ਕਰ ਸਕਦੇ ਹੋ info@justbroadcasting.com, harkeet@justbroadcasting.com ਦੇ ਉੱਤੇ। ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਆਪਾਂ ਜ਼ਰੂਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਕੀ ਇਹ ਹੈ ਜੀ, ਜਨ ਕੀ ਅਰਦਾਸ ਬਿਰਥੀ ਨਾ ਜਾਏ, ਜ਼ਰੂਰ ਖੁੱਲੇਗਾ ਹਰਕੀਰ ਜੀ, ਜ਼ੋਰ ਲਾ ਲੈਣ ਭਵਨ ਜੋ ਮਰਜ਼ੀ ਕਰੀ ਜਾਣ ਜੀ ਜੀ, ਸੱਚੇ ਦਿਲੋਂ ਅਰਦਾਸ ਕੀਤੀ ਹੈ, ਇਹ ਜਾਂਦੀ ਨੀ ਵਿਅਰਥ ਜੀ, ਬਿਲਕੁਲ ਹਰ ਕੋਈ ਇਹ ਚਾਹੁੰਦਾ। ਜੀ ਗੱਲ ਰਹਿ ਗਈ ਆ ਸਿੱਧੂ ਦੀ, ਆ ਸਿੱਧੂ ਨੂੰ ਖੁੱਲ ਤਾਂ ਜਾਣਾ ਹੈ, ਜਿਹੜਾ ਇਹਦੇ ਇਹ ਮੋਹਰੇ ਆ ਗਿਆ ਨਾ ਸਿੱਧੂ, ਤਾਂ ਕਰਕੇ ਹੁਣ ਥੋੜੀ ਜਿਹੀ ਰੁਕਾਵਟ ਹੋਈ ਆ, ਹੋਰ ਕੁਛ ਨੀ ਹੈ। ਦੁੱਖ ਤਾਂ ਇਸੇ ਗੱਲ ਦਾ ਇਹਨਾਂ ਨੂੰ, ਆਪਣੇ ਜਿਹੜੇ ਹੈਗੇ ਭੈਣ ਭਰਾ ਦੋ ਹੀ ਆ, ਦੂਆ ਸਰਵੀਰ ਆ, ਹੋਰ ਕੀ ਆ ਇਹਨਾਂ ਨੂੰ? ਮਾੜਾ ਜਿਹਾ ਵੀ ਉਹਦੀ ਕੋਈ ਗੱਲ ਕਰਦਾ ਹੈ, ਹੁਣ ਆ ਪਿੱਛੇ ਜਿਹੇ ਕੋਈ ਇਜਲਾਸ ਕੀਤਾ ਰੇਲਵੇ ਲਾਈਨ ਦੇ, ਉਹ ਬੜਾ ਚੱਕਿਆ ਮੁੱਦਾ ਉੱਥੇ, ਦੱਸ ਉੱਥੇ ਪਏ ਉਹ, ਤੇ ਉੱਥੇ ਲੋਕ ਲੰਘਦੇ ਆ, ਲੇਨਾਂ ਤੋਂ ਲੰਘਦੇ ਆ, ਤੇ ਇਹਦਾ ਹੁਣ ਇਹਦਾ ਮਤਲਬ ਇਹ ਥੋੜੀ ਆ ਵੀ ਕੋਈ ਨਾ ਕੋਈ ਉਹ ਮੁੱਦਾ ਲੱਭਦੇ ਰਹਿੰਦੇ ਸਿੱਧੂ ਦੇ ਮਗਰ। ਜੀ 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 ਜੀ, ਇੱਕ ਦਾਇਰਾ ਮੈਂ ਉਹਦਾ ਨਾਂ ਨਹੀਂ ਲੈਣਾ ਚਾਹਾਂਗਾ, ਉੱਥੇ ਦਿਖਾਇਆ ਜਾ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਬਕਾਇਦਾ ਪੋਸਟਰ ਲਗਾਏ ਗਏ ਨੇ ਸਿੱਧੂ ਗੱਦਾਰ, ਸਾਰਾ ਕੁਛ ਬਹੁਤ ਕੁਛ ਕੀਤਾ, ਪਰ ਇਹਦਾ ਹੋਲਡ ਬਹੁਤ ਜ਼ੋਰ ਦਾ ਹੈ ਜੀ, ਜ਼ਬਰਦਸਤ ਆਏ ਸੈਂਟਰ ਵੱਲੋਂ ਨੇ, ਕੈਪਟਨ ਵੀ ਨੀ ਚਾਹੁੰਦਾ ਜੀ ਆਪਣੇ ਇਹਨੂੰ ਆਪਣੇ ਹਰਕੀਰ ਜੀ 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 ਜੀ, ਕੈਪਟਨ ਵੀ ਥੋੜਾ ਜਿਹਾ ਇਹਦੇ ਅੰਦਰੋਂ ਅੰਦਰ ਹੀ ਹੁਣ ਕੁੱਟਿਆ ਹੀ ਗਿਆ, ਮੈਂ ਤੁਹਾਨੂੰ ਦੱਸ ਦੇਣਾ ਵੀ। ਜੀ 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 ਜੀ, ਉਹੀ ਗੱਲ ਹੈ ਨਾ ਜੀ, ਬਿਲਕੁਲ ਜੋ ਕੋਈ ਅੱਛਾ ਕੰਮ ਕਰਨਾ ਚਾਹੁੰਦਾ। ਲੇਕਿਨ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ, ਦੋਵਾਂ ਇਹਨਾਂ ਦੀ ਸਿਫਤ ਕਰੋ, ਇਮਰਾਨ ਖਾਨ ਤੇ ਸਿੱਧੂ ਦੀ, ਤੇ ਜਿਹੜਾ ਆਹ ਕੰਮ ਸਿੱਖਾਂ ਦਾ ਜਿਹੜਾ 70 ਸਾਲ ਤੋਂ ਬੰਦ ਪਿਆ ਸੀ
ਚੱਲ ਜਾਵੇ ਤਾਂ ਬਹੁਤ ਵਧੀਆ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਜੀ ਜੀ ਬਹੁਤ ਬਹੁਤ ਮਿਹਰਬਾਨੀ, ਮੈਂ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਇਹਨਾਂ ਨੇ ਸਿੱਧੂ ਦੀ ਗੱਲ ਕੀਤੀ, ਲੇਕਿਨ ਪਰਸਨਲ ਜ਼ਿੰਦਗੀ ਦੇ ਵਿੱਚ ਭਾਵੇਂ ਅਸੀਂ ਜੋ ਮਰਜ਼ੀ ਕਹਿ ਲਈਏ, ਮੈਂ ਸਾਰੀ ਗੱਲਾਂ ਤੋਂ ਹਟ ਕੇ ਅੱਜ ਇੱਕ ਤੁਹਾਡੇ ਨਾਲ ਨਿੱਜੀ ਆਪਣੀ ਰਾਏ ਰੱਖ ਰਿਹਾ, ਇਮਾਨਦਾਰੀ ਜਿਹੜੀ ਹੈ ਨਾ ਉਹ ਦੂਰ ਤੋਂ ਹੀ ਨਜ਼ਰ ਆਉਂਦੀ ਹੈ, ਉਹ ਛਿਪਦੀ ਨਹੀਂ। ਜਿੰਨਾ ਮਰਜ਼ੀ ਕੋਈ ਘਾਣ ਕਰ ਲਏ ਕਿਸੇ ਦਾ ਵੀ, ਲੇਕਿਨ ਇਮਾਨਦਾਰ ਬੰਦਾ ਜਦ ਬੋਲਦਾ ਤਾਂ ਉਹਦੀ ਮਹਿਕ, ਉਹਦੀ ਖੁਸ਼ਬੂ ਆਪਣੇ ਆਪ ਆਬੋ ਹਵਾ ਦੇ ਵਿੱਚ ਮਿਲਦੀ ਹੈ ਔਰ ਤਾਜ਼ੀ ਹੋ ਕੇ ਸਾਡੇ ਮਨ ਮੰਦਰਾਂ ਦੇ ਵਿੱਚ ਆਉਂਦੀ ਹੈ, ਸਾਡੇ ਕੰਨਾਂ ਦੇ ਵਿੱਚ ਆਉਂਦੀ ਹੈ। ਉਹ ਖੁਸ਼ਬੂ ਜਦ ਸਾਡੇ ਕੰਨਾਂ ਦੇ ਵਿੱਚ ਆਉਂਦੀ ਹੈ ਤਾਂ ਫਿਰ ਅਸੀਂ ਫੈਸਲਾ ਕਰਦੇ ਹਾਂ ਕਿ ਇਹ ਬੰਦਾ ਕਿੱਥੋਂ ਬੋਲ ਰਿਹਾ ਔਰ ਕਿਉਂ ਬੋਲ ਰਿਹਾ। ਮੈਨੂੰ ਲੱਗਦਾ ਉਹਦਾ ਇਗਜ਼ਾਮਪਲ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਧਰਤੀ ਦੇ ਉੱਤੇ ਸੈੱਟ ਕੀਤਾ। ਜਿੰਨਾ ਮਰਜ਼ੀ ਕੋਈ ਸਿਆਸੀ ਪ੍ਰਤੀਕਰਮ ਜਾਂ ਸਿਆਸੀ ਤੰਜ ਉਹਨਾਂ ਦੇ ਉੱਤੇ ਕੱਸ ਲਵੇ, ਲੇਕਿਨ ਮਹਿਕਦਾ ਹੋਇਆ ਇੱਕ ਫੁੱਲ ਕਦੀ ਮੁਰਝਾਉਂਦਾ ਨਹੀਂ। ਇਹ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ, ਸਾਡੀ ਪ੍ਰੋਫੈਸ਼ਨ ਲਾਈਫ ਦੇ ਵਿੱਚ ਵੀ ਹੁੰਦਾ। ਜੇਕਰ ਅਸੀਂ ਕੰਮ ਕਰਦੇ ਇਮਾਨਦਾਰੀ ਨਾਲ ਤਾਂ ਇੱਕ ਦਿਨ ਸਾਡਾ ਹੁੰਦਾ, 100 ਦਿਨ ਭਾਵੇਂ ਉਹ ਸਿਆਸੀ ਤੰਜ ਕੱਸਣ ਵਾਲੇ ਦੇ ਹੋਣ, 100 ਦਿਨ ਹੋਣ, 1000 ਦਿਨ ਹੋਣ, ਮੈਨੂੰ ਲੱਗਦਾ ਜਿੰਨੀ ਪੂਰੀ ਜ਼ਿੰਦਗੀ ਤੁਸੀਂ ਕੰਮ ਕੀਤਾ ਉਹ ਤੁਹਾਡੇ ਉੱਤੇ ਸਿਆਸੀ ਤੰਜ ਕੱਸੇ ਜਾਣ, ਤੁਸੀਂ ਆਪਣੇ ਆਪ ਨੂੰ ਸਾਬਿਤ ਕਰ ਦਿਓ। ਲੇਕਿਨ ਸਬੂਤ ਦੁਨੀਆ ਨੂੰ ਨਹੀਂ ਚਾਹੀਦਾ, ਸਬੂਤ ਸਿਰਫ ਇੱਕ ਹੀ ਸਬੂਤ ਹੈਗਾ, ਉਹ ਹੈ ਇਮਾਨਦਾਰੀ। ਔਰ ਉਹ ਇਮਾਨਦਾਰੀ, ਇਮਾਨਦਾਰ ਸ਼ਖਸੀਅਤ ਮੈਨੂੰ ਲੱਗਦਾ ਹੈ ਕਿ ਜ਼ਰੂਰ ਹੈਗੀ ਹੈ। ਔਰ ਅਗਰ ਇਹ ਲਾਂਘਾ ਖੁੱਲ੍ਹਦਾ ਤਾਂ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਤੋਂ ਕੋਈ ਵੀ ਨਹੀਂ ਛਿੰਨ ਸਕਦਾ, ਭਾਵੇਂ ਜਿੰਨਾ ਮਰਜ਼ੀ ਇਹਦਾ ਘਾਣ ਕਰ ਲਵਨ, ਸਿਆਸੀ ਘਾਣ ਹੋਵੇ, ਭਾਵੇਂ ਧਾਰਮਿਕ ਘਾਣ ਕਰਨ, ਜੋ ਮਰਜ਼ੀ ਕਰਨ, ਜੋ ਮਹਿਕ ਨਵਜੋਤ ਸਿੰਘ ਸਿੱਧੂ ਨੇ ਛੱਡ ਦਿੱਤੀ ਉਹ ਕੋਈ ਨਹੀਂ ਛਿੰਨ ਸਕਦਾ। ਇਹਦੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਕੀ ਹਾਲ ਹੈ ਤੁਹਾਡੇ? ਠੀਕ ਹੋ? ਬਿਲਕੁਲ, ਕਿਰਪਾ ਹੋ ਰਹੀ ਹੈ ਤੁਹਾਡੀ। ਚਲੋ ਜੀ, ਮੇਰੀ ਨਹੀਂ ਗੁਰੂ ਸਾਹਿਬ ਦੀ ਹੋਣੀ ਚਾਹੀਦੀ ਹੈ, ਕੀ ਰੱਖਣਾ ਚਾਹੋਗੇ? ਹਾਂ, ਮੈਂ ਇਹ ਰੱਖਣਾ ਚਾਹੁੰਦਾ ਹਾਂ ਜੀ, ਜਦੋਂ ਆਪਾਂ ਪ੍ਰਿਸ਼ਟ ਭੂਮੀ 'ਚ ਜਾਵਾਂਗੇ ਨਾ ਇਸ ਮਸਲੇ ਦੇ, ਥੋੜੀ ਜੀ ਫਿਰ ਸਾਡੇ ਸਾਹਮਣੇ ਤਸਵੀਰ ਆਉਂਦੀ ਹੈ ਵੀ ਇਹ ਇਹ ਮੁੱਦੇ ਨੂੰ ਭਟਕਾਉਣ ਵਾਲਾ ਕੌਣ ਹੈ, ਇਹਨੂੰ ਕੁਰਾਹੇ ਪਾਉਣ ਵਾਲਾ ਕੌਣ ਹੈ। ਕਿਉਂਕਿ ਜਦੋਂ ਜਦੋਂ ਆਪਾਂ ਦੇਖਿਆ ਜਦੋਂ ਸ਼ੁਰੂ ਹੋਇਆ ਇਹ ਮੁੱਦਾ, ਸਿੱਧੂ ਨੇ ਲਿਆਂਦੀ ਹੈ ਉਹ ਤੇ ਜੱਫੀ ਜੱਫੀ ਪਾਈ ਉਹਨੇ ਬਾਜਵੇ ਨੂੰ, ਤੇ ਜੋ ਵੀ ਉਹਨਾਂ ਨੇ ਡਰਾਮਾ ਕਰਨਾ ਸੀ ਕੀਤਾ, ਚੱਲ ਸਿੱਧੂ ਨੇ ਵਧੀਆ ਕੀਤਾ ਜੀ। ਪਰ ਮਤਲਬ ਸਾਡੀ ਸਰਕਾਰ ਨੇ ਪਤਾ ਕੀ ਕੀਤਾ ਜੀ? ਸਾਡੀ ਸਰਕਾਰ ਨੇ ਪਹਿਲਾਂ ਮਨਜ਼ੂਰੀ ਦੇਣ ਲਈ ਉਹ ਬਹੁਤ ਟਾਈਮ ਲਾਤਾ। ਦੇਖੋ ਇਹ ਇਹ ਸ਼ੋ ਕਰਦੀਆਂ ਗੱਲਾਂ ਬਈ ਉਹਨਾਂ ਬੰਦਿਆਂ ਨੂੰ ਬਈ ਕਿੱਥੇ ਕੁ ਤੱਕ ਉਹਨਾਂ ਦੀ ਜਿਹੜੀ ਜੈਲਸ ਜਾਂਦੀ ਹੈ, ਕਿਉਂਕਿ RSS ਜਿਹੜੀ ਹੈਗੀ ਹੈ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਹਿੰਦੂਆਂ ਦੇ ਸਿੱਖਾਂ ਦੇ ਕਿਸੇ ਵੀ ਮਸਲੇ 'ਚ ਉਹਨਾਂ ਨੂੰ ਜਿਹੜੀ ਵਧੀਆ ਮਿਲੇਗਾ, ਕੋਈ ਹੋਰ ਬੰਦਾ ਕ੍ਰੈਡਿਟ ਨਾ ਲੈ ਜਾਏ। ਹਾਂਜੀ ਹਾਂ ਬਿਲਕੁਲ ਜੀ ਜੀ। ਹੁਣ RSS ਜਿਹੜੀ ਹੈਗੀ ਹੈ ਉਹ ਬਦਲੇ ਥਰੂ ਜਿਹੜੀ ਪੰਜਾਬ ਦੇ ਜਿਹੜੇ ਗੁਰਦੁਆਰਿਆਂ 'ਚ ਵੀ ਕਹਿ ਲਓ ਤੇ ਜਥੇਦਾਰ ਜਿਹੜੇ ਹੈਗੇ ਆ ਉੱਥੇ ਵੀ ਪਾੜੀ ਹੋਈ ਹੈ, ਇੰਟਰਫੇਰੈਂਸ ਕਰਦੀ ਹੈ ਜੀ ਜੀ ਕਰਦੀ ਹੈ। ਮਿਹਰਬਾਨੀ ਦਰਸ਼ਨ ਸਾਹਿਬ, ਮਿਹਰਬਾਨੀ, ਮੈਂ ਤੁਹਾਨੂੰ ਹੋਰ ਸੁਣਨਾ ਚਾਹੁੰਦਾ ਸੀਗਾ ਲੇਕਿਨ ਮੈਨੂੰ ਸਮਾਂ ਇੱਥੇ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਅਸੀਂ ਇਸ ਮਸਲੇ ਨੂੰ ਜ਼ਰੂਰ ਇਸ ਮੰਚ ਦੇ ਉੱਤੇ ਰੱਖਾਂਗੇ ਔਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹਦੀ ਪਲ ਪਲ ਦੀ ਜਾਣਕਾਰੀ, ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੀ ਚੱਲ ਰਿਹਾ। ਜਸਟ ਬ੍ਰੋਡਕਾਸਟਿੰਗ ਨੇ ਮੁਹਿੰਮ ਸ਼ੁਰੂ ਕੀਤੀ ਹੈ, ਤੁਸੀਂ ਸਾਨੂੰ ਮੇਲ ਕਰ ਸਕਦੇ ਹੋ, ਆਪਣੀ ਅਪੀਲ ਕਰ ਸਕਦੇ ਹੋ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹਦੀ ਕਾਪੀ PMO ਆਫਿਸ ਭਾਰਤ ਦੇ ਵਿੱਚ ਭੇਜੀ ਜਾਏ ਔਰ
ਇੱਥੇ ਜਿਹੜੇ ਐਮਬੈਸੀਜ਼ ਨੇ ਉਹਨਾਂ ਦੇ ਕੌਂਸਲਰ ਜਨਰਲਸ ਨੂੰ ਵੀ ਇਹ ਕਾਪੀ ਭੇਜੀ ਜਾਏ। ਤੁਸੀਂ ਮੈਨੂੰ ਅਪੀਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਜਸਟ ਬ੍ਰੋਡਕਾਸਟਿੰਗ ਦਾ ਹਮੇਸ਼ਾ ਟੀਚਾ ਰਿਹਾ ਔਰ ਅੱਗੇ ਵੀ ਟੀਚਾ ਰਹੇਗਾ। ਤੁਹਾਡੇ ਮਸਲਿਆਂ ਨੂੰ ਅਸੀਂ ਲਗਾਤਾਰ ਆਪਣੀ ਆਵਾਜ਼ ਬਣ ਕੇ ਉਠਾਵਾਂਗੇ ਔਰ ਉਹਨੂੰ ਸੁਲਝਾਉਣ ਦੀ, ਉਹਦਾ ਰੋਡ ਮੈਪ ਤਿਆਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਕਿਉਂਕਿ ਇਸ ਮੰਚ ਦੇ ਉੱਤੇ ਹੁੰਦਾ ਹੈ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।